दुनिया भर दिया ताजा अपडेट्स दे लई टीवी पंजाब नू सब्सक्राइब करो ते क्लिक करो बैल आइकन ते। ਹੁਣ ਇਹ ਤੀਜਾ ਘੱਲੂਘਾਰਾ ਬਿਲਕੁਲ ਸਹੀ ਇਹਨੂੰ ਕਿਹਾ ਜਾਂਦਾ ਤੀਜਾ ਘੱਲੂਘਾਰਾ। ਜਦੋਂ ਅੱਜ ਆਪਾਂ ਪਹਿਲੇ ਤੇ ਦੂਜੇ ਘੱਲੂਘਾਰੇ ਦੀ ਗੱਲ ਕਰਦੇ ਹਾਂ 1746 ਤੇ ਉਸ ਤੋਂ ਬਾਅਦ 1762 ਉਸ ਤੋਂ ਮਗਰੋਂ 222 ਸਾਲ ਦੇ ਬਾਅਦ 1984 ਚ ਹੋਏ। 1947 ਦੇ ਵਿੱਚ ਉਹਨੂੰ ਘੱਲੂਘਾਰਾ ਨਹੀਂ ਆਪਾਂ ਕਹਾਂਗੇ, ਇੱਕ ਤਰ੍ਹਾਂ ਠੀਕ ਹੈ ਦੋਨੇ ਪਾਸੇ ਸੀ, ਪਰ ਜੇਕਰ ਮੁਸਲਮਾਨਾਂ ਨੇ ਸਿੱਖਾਂ ਨੂੰ ਮਾਰਿਆ ਤਾਂ ਸਿੱਖਾਂ ਨੇ ਵੀ ਕੋਈ ਘੱਟ ਨਹੀਂ ਕੀਤੀ, ਇੱਧਰ ਵੀ ਉਸੇ ਮਨ। ਤਾਂ ਅਸਲੀ ਜੇਕਰ ਦੇਖਿਆ ਜਾਵੇ ਤਾਂ ਤੀਜਾ ਘੱਲੂਘਾਰਾ 1762 ਤੋਂ 222 ਸਾਲਾਂ ਤੋਂ ਮਗਰੋਂ ਇਹ ਵਾਪਰਿਆ। ਪਰ ਉਹ ਪਹਿਲੇ ਤੇ ਦੂਜੇ ਘੱਲੂਘਾਰੇ ਤੇ ਤੀਜੇ ਘੱਲੂਘਾਰੇ 'ਚ ਫਰਕ ਸੀ। ਜਿਹੜਾ ਪਹਿਲਾ ਤੇ ਦੂਜਾ ਘੱਲੂਘਾਰਾ ਸੀ ਉਹ ਦੁਸ਼ਮਣਾਂ ਨੇ ਕੀਤਾ ਸੀ। ਅਹਿਮਦ ਸ਼ਾਹ ਅਬਦਾਲੀ ਦੀ ਫੌਜ ਆਈ, ਆ ਕੇ ਸਿੰਘਾਂ ਨਾਲ ਲੜਦੇ ਹੋਏ ਉਹਨਾਂ ਨੇ ਉਹ ਘੱਲੂਘਾਰਾ ਕੀਤਾ, 30,000-40,000 ਸਿੰਘਾਂ ਨੂੰ ਮਾਰਤਾ। ਪਰ ਇਹ ਤੀਜਾ ਘੱਲੂਘਾਰਾ ਇਹਦੇ 'ਚ ਫਰਕ ਇਹ ਸੀ ਕਿ ਇਹ ਸਾਡੀ ਆਪਣੀ ਸਰਕਾਰ ਨੇ ਮਾਰਿਆ, ਚੁਣ ਚੁਣ ਕੇ ਮਾਰਿਆ ਤੇ ਧੋਖੇ ਨਾਲ ਮਾਰਿਆ। ਜੇਕਰ ਉਹਨਾਂ ਨੇ ਹੁਣ ਸਰਕਾਰੀ ਅੰਕੜੇ ਆ 2700 ਇਕੱਲੇ ਦਿੱਲੀ 'ਚ, ਵੈਸੇ ਸਾਡੇ ਕੋਲ ਤਾਂ ਲਿਸਟ 4000 ਦੀ ਆ, 4000 ਸਿੰਘ ਜੇਕਰ ਉਹ ਅਨਾਊਂਸ ਕਰਕੇ ਮਾਰਦੇ ਨਾ ਕਿ ਅਸੀਂ ਲੜਨੇ ਜਾ ਰਹੇ ਹਾਂ ਤਾਂ 15,000-20,000 ਨੂੰ ਤਾਂ ਕਮ ਸੇ ਕਮ ਛੱਡਦੇ ਨਹੀਂ ਸੀ। ਪਰ ਉੱਥੇ ਕਿਹਾ ਗਿਆ ਇਹ ਕਿ ਪੁਲਿਸ ਤੁਹਾਨੂੰ ਬਚਾਉਣ ਲਈ ਆ ਰਹੀ ਆ, ਪੁਲਿਸ ਤੁਹਾਡੀ ਬਦਲ ਲਈ ਆ ਰਹੀ ਆ, ਤੁਸੀਂ ਅੰਦਰ ਵੜ ਜਾਓ। ਸਭ ਤੋਂ ਜ਼ਿਆਦਾ ਜੋ ਵਰਸ ਮੈਂ ਜ਼ਿਕਰ ਹੋਈ ਆ ਉਹ ਤਰੋਕਪੁਰੀ ਇਲਾਕੇ 'ਚ ਹੋਈ ਆ, ਤੁਸੀਂ ਸੁਣਿਆ ਹੀ ਹੋਣਾ। 30 ਤੇ 32 ਦੋ ਬਲਾਕਾਂ ਦੇ ਵਿੱਚ 400 ਸਿੱਖਾਂ ਨੂੰ ਮਾਰਿਆ। ਉਹ ਨਿਵਾਰੇ ਸਿੱਖ ਸੀ, ਉਹਨਾਂ ਪੰਜਾਬ ਨਾਲ ਕੋਈ ਤਲਕ ਹੀ ਨਹੀਂ ਸੀ। ਉਦੋਂ ਮਗਰੋਂ ਪੰਜਾਬ ਮੇਰਾ ਖਿਆਲ ਉਹਨਾਂ ਨੇ ਦੇਖਿਆ, ਉਹਨਾਂ ਪਹਿਲਾਂ ਤਾਂ ਪੰਜਾਬ ਵੀ ਨਹੀਂ, ਰਾਜਸਥਾਨ ਦੇ ਏਰੀਏ 'ਚੋਂ, ਅਲਵਰ ਦੇ ਇਲਾਕੇ 'ਚੋਂ ਆਏ ਸੀ ਅਤੇ ਛੋਟੇ ਛੋਟੇ ਕੰਮ ਕਰਦੇ ਸੀ। ਜਦੋਂ 1 ਨਵੰਬਰ ਨੂੰ ਸਵੇਰੇ ਹਮਲਾ ਹੋਇਆ ਅਤੇ ਉਹ ਸਿੰਘ ਬਾਹਰ ਨਿਕਲਿਆ ਆਪਣੇ ਗੁਰਦੁਆਰੇ ਦੇ ਕੋਲੇ ਇਕੱਠੇ ਹੋ ਗਏ, ਜਿੰਨੀਆਂ ਕਿਰਪਾਨਾਂ ਸੀ ਉਹ ਲੈ ਕੇ ਆ ਕੇ, ਮੌਤ ਦੀ ਜ਼ਰੂਰਤ ਨਹੀਂ ਹੋਈ ਨੇੜੇ ਲੱਗਦੇ, ਤਾਂ ਪੁਲਿਸ ਦੀ ਜੀਪ ਆਈ, SHO ਸੁਰਵੀਰ ਸਿੰਘ ਜਾਗੀ ਉਹ ਆਇਆ। ਆ ਕੇ ਉਹਨੇ ਸਿੰਘਾਂ ਨੂੰ ਕਿਹਾ ਕਿ ਤੁਸੀਂ ਅੰਦਰ ਜਾਓ, ਆਪਣੇ ਆਪਣੇ ਘਰਾਂ ਜਾਓ, ਅਸੀਂ ਹੈਗੇ ਹਾਂ, ਅਸੀਂ ਕੰਟਰੋਲ ਕਰਾਂਗੇ। ਉਹਨਾਂ ਨੇ ਜਾਣੋ ਮਨਾ ਕੀਤਾ ਅਤੇ ਉਹਨੇ ਕਿਹਾ ਤੁਹਾਨੂੰ ਦੇਖ ਕੇ ਮੌਤ ਭੜਕ ਰਿਹਾ, ਅਸੀਂ ਇੱਥੇ ਹੈਗੇ ਹਾਂ, ਸਾਡੀ ਡਿਊਟੀ ਆ, ਤੁਸੀਂ ਆਪਣੇ ਆਪਣੇ ਘਰਾਂ ਜਾਓ। ਉਹਨਾਂ ਦੀਆਂ ਕਿਰਪਾਨਾਂ ਲੈ ਲਈਆਂ ਅਤੇ ਉਹਨਾਂ ਨੂੰ ਘਰਾਂ ਵਿੱਚ ਭੇਜ ਦਿੱਤਾ। ਕਹਿੰਦਾ ਜੇ ਨਹੀਂ ਜਾਓਗੇ ਤਾਂ ਅਸੀਂ ਤੁਹਾਡੇ ਗੋਲੀ ਚਲਾਵਾਂਗੇ। ਉਹਨਾਂ ਨੂੰ ਘਰਾਂ ਵਿੱਚ ਭੇਜ ਕੇ ਮੌਤ ਨੂੰ ਇਸ਼ਾਰਾ ਕਰਤਾ, ਇਕੱਲੇ ਇਕੱਲੇ ਨੂੰ ਆ ਕੇ ਉਹ ਦੋ ਬਲਾਕਾਂ ਦੇ ਵਿੱਚ ਮੇਰਾ ਖਿਆਲ ਆ ਕੋਈ ਟਾਵਾਂ ਕੋਈ ਜੋ ਆਦਮੀ ਜੋ ਸਿੱਖ ਉਹ ਬਚਿਆ ਹੋਊਗਾ, ਨਹੀਂ ਤਾਂ ਬੱਚੇ ਅਤੇ ਔਰਤਾਂ ਹੀ ਬਚੇ ਰਹਿ ਗਏ ਸੀ। ਕੋਈ ਨਹੀਂ, ਇਹ ਜਗ੍ਹਾ ਜਗ੍ਹਾ 'ਤੇ ਹੋਇਆ, ਇਕੱਲਾ ਸਰਲੋਕਪੁਰੀ ਨਹੀਂ ਹੋਇਆ, ਜਗ੍ਹਾ ਜਗ੍ਹਾ 'ਤੇ ਜਿੱਥੇ ਵੀ ਕਿਸੇ ਸਿੱਖ ਆਪਣੇ ਆਪ ਨੂੰ ਡਿਫੈਂਡ ਕਰ ਰਹੇ ਸੀ। ਜਦੋਂ ਕਿਹਾ ਜਾਂਦਾ ਜੀ ਪੁਲਿਸ ਨੇ ਕੁਛ ਨਹੀਂ ਕੀਤਾ, ਪੁਲਿਸ ਤਾਂ ਬੜੀ ਐਕਟਿਵ ਸੀ, ਜਿੱਥੇ ਖਬਰ ਆ ਗਈ ਕਿ ਸਿੱਖ ਆਪਣੇ ਆਪ ਨੂੰ ਡਿਫੈਂਡ ਕਰ ਰਿਹਾ ਉੱਥੇ ਹੀ ਵੱਡੀ ਗਿਣਤੀ ਵਿੱਚ ਪੁਲਿਸ ਪਹੁੰਚ ਜਾਂਦੀ ਸੀ। ਸਾਰੀ ਦਿੱਲੀ ਵਿੱਚ ਇਹੀ ਹੋਇਆ। ਇੱਕ ਗਰੁੱਪ ਕੈਪਟਨ ਮੋਹਨ ਵੀਰ ਸਿੰਘ ਤਲਵਾਰ ਦਿੱਲੀ ਦੇ ਬਿਲਕੁਲ ਸੈਂਟਰ ਪਟੇਲ ਨਗਰ ਦੇ ਇਲਾਕੇ ਵਿੱਚ ਰਹਿੰਦੇ ਸੀ, ਮਹਾਂਵੀਰ ਚੱਕਰ ਉਹਨਾਂ ਨੂੰ ਮਿਲਿਆ ਸੀ ਕਿਉਂਕਿ 1971 ਦੀ ਲੜਾਈ ਦੇ ਵਿੱਚ ਸਿਆਲਕੋਟ ਦੇ ਏਅਰਪੋਰਟ 'ਤੇ ਉਹਨਾਂ ਧੱਜੀਆਂ ਉਡਾਤੀਆਂ ਸੀ। ਉਹ ਯੋਧਾ ਜਿਹਨੇ ਦੇਸ਼ ਨੂੰ ਬਚਾਇਆ ਅਤੇ ਮਹਾਂਵੀਰ ਚੱਕਰ ਉਹਨੂੰ ਮਿਲਿਆ ਜਿਸ ਤਰ੍ਹਾਂ ਆਪਣੇ ਜਵਾਕਾਂ ਨੂੰ ਆਪਣੇ ਪਰਿਵਾਰ ਨੂੰ ਬਚਾਉਣ ਲੱਗਿਆ ਅਤੇ ਉਹਨੂੰ ਜੇਲ੍ਹ ਮਿਲੀ। 1 ਨਵੰਬਰ ਨੂੰ ਉਹਦੇ ਘਰ ਦੇ ਉੱਤੇ ਹਮਲਾ ਹੋਇਆ ਅਤੇ ਉਸਨੇ ਪੁਲਿਸ ਨੂੰ ਫੋਨ ਕੀਤਾ, ਪੁਲਿਸ ਆਉਂਦੀ ਨਹੀਂ ਸੀ। ਉਹਨੇ ਫਿਰ ਅਖੀਰ ਦੇ ਉੱਤੇ ਜਾ ਕੇ ਉਹ 1st ਫਲੋਰ ਤੋਂ 2nd ਫਲੋਰ ਉੱਪਰਲੇ ਫਲੋਰ 'ਤੇ ਚਲੇ ਗਏ। ਥੱਲੇ ਉਹਦੇ ਸ਼ੋਰੂਮ ਸੀ ਗਾਰਮੈਂਟਸ ਦਾ, ਉਹ ਸ਼ੋਰੂਮ ਜੋ ਅੱਗ ਲਾ ਕੇ ਉੱਪਰ ਆਉਣ ਲੱਗੇ ਤਾਂ ਉਹਨੇ ਫਿਰ ਆਪਣੀ ਬੰਦੂਕ ਕੱਢ ਲਈ, ਉਹਨੇ ਫਾਇਰਿੰਗ ਸ਼ੁਰੂ ਕਰਤੀ। ਜਦੋਂ ਉਹਨੇ ਗੋਲੀ ਚਲਾਉਣੀ ਸ਼ੁਰੂ ਕੀਤੀ ਕੋਈ ਮੌਬ ਦੇ ਬੰਦੇ ਦੀ ਜ਼ਰੂਰਤ ਨਹੀਂ ਪਈ ਕਿ ਨੇੜੇ ਲੱਗੇ। 5-6 ਬੰਦੇ ਮੌਬ 'ਚੋਂ ਕਹਿੰਦੇ ਕਨਫਰਮ ਨਹੀਂ ਹੈ ਪਰ ਕਿਹਾ ਜਾਂਦਾ ਕਿ ਉਹਨਾਂ ਦੀ ਗੋਲੀ ਵੀ ਲੱਗੀ ਅਤੇ ਉੱਪਰ ਤੱਕ ਸਰਕਾਰ ਹਿਲ ਗਈ, ਥੱਲਿਓਂ ਉੱਪਰ ਤੱਕ
ਪੁਲਿਸ ਕਮਿਸ਼ਨਰ ਕਹਿ ਰਿਹਾ ਆਪਣੀ ਰਿਪੋਰਟ 'ਚ ਲਿਖ ਰਿਹਾ ਰਿਪੋਰਟ ਵਿੱਚ ਕਿ ਮੈਂ ਹੋਮ ਮਿਨਿਸਟਰੀ ਮੀਟਿੰਗ ਲਈ ਜਾ ਰਿਹਾ ਸੀ ਉੱਥੇ ਮੀਟਿੰਗ ਬੁਲਾਈ ਸੀ ਕਿ ਆਰਮੀ ਕਦੋਂ ਬੁਲਾਉਣੀ ਆ ਕਰਫਿਊ ਕਦੋਂ ਲਾਉਣਾ ਕਿ ਅਤੇ ਮੈਨੂੰ ਰਸਤੇ 'ਚ ਪਤਾ ਚੱਲਿਆ ਕਿ ਕੋਈ ਸਿੱਖ ਗੋਲੀ ਚਲਾ ਰਿਹਾ ਆਪਣੇ ਘਰੋਂ ਬੈਠਾ ਉਹ ਮੀਟਿੰਗ ਛੱਡ ਕੇ ਉੱਧਰ ਨੂੰ ਚੱਲ ਗਿਆ ਡਿਪਟੀ ਕਮਿਸ਼ਨਰ ਆਫ ਪੁਲਿਸ ਐਡੀਸ਼ਨਲ ਕਮਿਸ਼ਨਰ ਆਫ ਪੁਲਿਸ ਨਾਲ ਦੋ ਤਿੰਨ ਟਰੱਕ ਪੁਲਿਸ ਦੇ ਦੋ ਤਿੰਨ ਸੀਆਰਪੀ ਦੇ ਔਰ ਬਾਕੀ ਕਿਤੇ ਨਹੀਂ ਫੌਜ ਬੁਲਾਈ ਉਸੇ ਫੌਜ ਵੀ ਬੁਲਾ ਲਈ ਅਤੇ ਉਹਨੂੰ ਜ਼ਬਰਦਸਤੀ ਕਾਬੂ ਕੀਤਾ ਕਾਬੂ ਕਰਕੇ ਜੇਲ੍ਹ 'ਚ ਅਤੇ ਉਦੋਂ ਮਗਰੋਂ ਉਹਦਾ ਘਰ ਉਹਦਾ ਸ਼ੋਰੂਮ ਉਹ ਸਾਰਾ ਮੁਆਵਜ਼ੇ ਚਲਾ ਗਿਆ ਜਦੋਂ ਉਹ ਐਸ ਐਚ ਓ ਉੱਥੋਂ ਦਾ ਕਮਿਸ਼ਨ ਦੇ ਅੱਗੇ ਆਇਆ ਅਤੇ ਮੈਂ ਉਹਨੂੰ ਕ੍ਰੋਸ ਐਗਜ਼ਾਮਿਨ ਕੀਤਾ ਉਹਨੂੰ ਐਸ ਐਚ ਓ ਨੂੰ ਮੈਂ ਪੁੱਛਿਆ ਮੈਂ ਕਿਹਾ ਉਹਨੂੰ ਤਾਂ ਤੁਸੀਂ ਪਤਾ ਕਿੱਥੋਂ ਗੋਲੀ ਚਲਾ ਰਿਹਾ ਸੀ ਘਰੋਂ ਗੋਲੀ ਚਲਾ ਰਿਹਾ ਸੀ ਮੈਂ ਕਿਹਾ ਉਹਨੂੰ ਤਾਂ ਤੁਸੀਂ ਫੜਦਿਆ ਮੌਬ ਦੇ ਕਿੰਨੇ ਬੰਦੇ ਸੀ ਕਹਿੰਦਾ 2000 ਬੰਦਾ ਸੀ ਅਤੇ ਮੈਂ ਕਿਹਾ ਤੂੰ ਮੌਬ 'ਚ ਕਿਸੇ ਨੂੰ ਕਿਉਂ ਨਹੀਂ ਅਰੈਸਟ ਕੀਤਾ ਜਵਾਬ ਬੜਾ ਹੈਰਾਨੀ ਵਾਲਾ ਵੀ ਵਰ ਆਊਟ ਨੰਬਰਡ ਮਤਲਬ ਕਿ ਦੋ ਟਰੱਕ ਆਰਮੀ ਦੇ ਦੋ ਟਰੱਕ ਸੀ ਆਰ ਪੀ ਦੇ ਤਿੰਨ ਚਾਰ ਟਰੱਕ ਪੁਲਿਸ ਦੇ ਆਊਟ ਨੰਬਰਡ ਉਹ ਫੌਜੀ ਨੂੰ ਫੜਨ ਵਾਸਤੇ ਸੀ ਮੌਬ 'ਚ ਕੋਈ ਬੰਦਾ ਨਹੀਂ ਕਰਦਾ ਇਹ ਹਾਲਤ ਦਿੱਲੀ ਦੇ ਜਗ੍ਹਾ ਜਗ੍ਹਾ 'ਤੇ ਹਰ ਕੋਨੇ 'ਚ ਸੀ ਸਭ ਤੋਂ ਜ਼ਿਆਦਾ ਜੋ ਕਤਲੇਆਮ ਹੋਇਆ ਇਹ ਹੋਇਆ ਈਸਟ ਦਿੱਲੀ ਟਰਾਂਸ ਜਮਨਾ ਦਾ ਇਲਾਕਾ ਟਰਾਂਸ ਸਰਕਾਰੀ ਅੰਕੜਿਆਂ ਮੁਤਾਬਕ ਦੋ ਦਿਨ ਪਹਿਲੀ ਨਵੰਬਰ ਅਤੇ ਦੂਜੀ ਨਵੰਬਰ ਨੂੰ 1200 ਸਿੱਖਾਂ ਨੂੰ ਮਾਰਿਆ 1200 ਸਿੱਖਾਂ ਨੂੰ ਅਤੇ ਪਹਿਲੀ ਨਵੰਬਰ ਅਤੇ 2 ਨਵੰਬਰ ਨੂੰ ਟੋਟਲ ਪੁਲਿਸ ਨੇ 26 ਬੰਦੇ ਗ੍ਰਿਫਤਾਰ ਕੀਤੇ ਆ 26 ਔਰ 26 ਦੇ 26 ਸਿੱਖ 26 ਦੇ 26 ਸਿੱਖ ਜੋ ਆਪਣੇ ਆਪ ਨੂੰ ਡਿਫੈਂਡ ਕਰ ਰਹੇ ਸੀ ਅਤੇ ਨਾਲ ਲਿਖਿਆ ਵੀ ਐਫ ਆਈ ਆਰ 'ਚ ਕਿ ਆਪਣੇ ਘਰੇ ਬੈਠੇ ਗੋਲੀ ਚਲਾ ਰਹੇ ਸੀ ਘਰੇ ਬੈਠ ਕੇ ਆਪਣੇ ਆਪਣੇ ਬੱਚਿਆਂ ਦੀ ਹਿਫਾਜ਼ਤ ਕਰਨਾ ਬਹੁਤ ਵੱਡਾ ਜੁਰਮ ਹੋ ਗਿਆ ਸੀ ਉਦੋਂ ਅਤੇ ਜੇ ਇਹ ਜੀਨੋਸਾਈਡ ਨਹੀਂ ਤਾਂ ਔਰ ਜੀਨੋਸਾਈਡ ਹੁੰਦਾ ਕੀ ਹੈ ਜੀ ਹੋਰ ਕੀ ਜੀਨੋਸਾਈਡ ਹੁੰਦਾ ਉਹਨਾਂ 26 ਬੰਦਿਆਂ 'ਚੋਂ 25 ਤਾਂ ਸੀਗੇ ਕਲਿਆਣਪੁਰੀ ਦੇ ਕਲਿਆਣਪੁਰੀ ਸਿਕਲੀਗੜ ਸਿੱਖ ਰਹਿੰਦੇ ਸੀ ਸਿਕਲੀਗੜ ਸਿੱਖ ਮੇਰੇ ਖਿਆਲ ਤੁਹਾਨੂੰ ਪਤਾ ਹੀ ਹੋਏਗਾ ਗੁਰੂ ਸਾਹਿਬ ਦੇ ਵੇਲਿਆਂ ਤੋਂ ਹਥਿਆਰ ਬਣਾਉਂਦੇ ਸੀ ਸਿੰਘਾਂ ਦੀਆਂ ਫੌਜਾਂ ਦੇ ਅਤੇ ਉਹਨਾਂ ਦੇ ਰਵਾਇਤ ਸੀ ਕਿ ਹਥਿਆਰ ਘਰੇ ਰੱਖਣਾ ਅਤੇ ਉਹਨਾਂ ਦੇ ਕੋਲ ਲਾਇਸੈਂਸਡ ਵੈਪਨ ਸੀਗੇ ਉੱਥੇ ਦਾ ਜਿਹੜਾ ਕੌਂਸਲਰ ਸੀ ਡਾਕਟਰ ਅਸ਼ੋਕ ਕਾਂਗਰਸ ਦਾ ਕੌਂਸਲਰ ਉਹਨੇ ਮੌਬ ਲੈ ਕੇ ਜੋ ਅਟੈਕ ਕੀਤਾ ਅਤੇ ਉਹਨਾਂ ਨੇ ਅੰਦਰ ਘਰੋਂ ਸਿੰਘਾਂ ਨੇ ਬੰਦੂਕਾਂ ਕੱਢ ਲਈਆਂ ਅਤੇ ਗੋਲੀ ਚਲਾਉਣੀ ਸ਼ੁਰੂ ਕਰਤੀ ਮੌਬ ਨੇੜੇ ਨਹੀਂ ਲੱਗ ਸਕਿਆ ਅਤੇ ਉੱਥੇ DCP ਦੋ ਟਰੱਕ ਭਰ ਕੇ ਪੁਲਿਸ 'ਤੇ ਪਹੁੰਚਿਆ ਪਹੁੰਚ ਕੇ ਉਹ 26-25 ਬੰਦੇ ਸੀ ਜਿਨ੍ਹਾਂ ਦੇ ਕੋਲ ਲਾਇਸੈਂਸਡ ਗਨ ਸੀ ਮੋਰਤਬਰ ਬੰਦੇ ਉਹ 25 ਦੇ 25 ਗ੍ਰਿਫਤਾਰ ਕਰਕੇ ਜੇਲ੍ਹ 'ਚ ਪਾ ਗਏ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਹਥਿਆਰ ਸੀਜ਼ ਕਰਕੇ ਜੇਲ੍ਹ 'ਚ ਪਾਉਣ ਤੋਂ ਮਗਰੋਂ ਮੌਬ ਨੂੰ ਇਸ਼ਾਰਾ ਕਰਤਾ ਉਸ ਤੋਂ ਮਗਰੋਂ ਮੌਬ ਨੇ ਆ ਕੇ ਅਟੈਕ ਕੀਤਾ 200 ਸਿੱਖਾਂ ਨੂੰ ਉੱਥੇ ਮਾਰਿਆ 200 ਸਿੱਖਾਂ ਨੂੰ ਅਤੇ ਰਾਤ ਨੂੰ ਹਾਲ ਇਹ ਸੀ ਕਿ ਸਿੱਖਾਂ ਦੀਆਂ ਕੁੜੀਆਂ ਨੂੰ ਪਾਰਕ ਦੇ ਵਿੱਚ ਇਕੱਠੇ ਕਰਕੇ ਬਿਠਾਤਾ ਸੀ ਰਾਤ ਨੂੰ ਲਾਂਚਣਾਂ ਲੈ ਕੇ ਆਉਂਦੇ ਸੀ ਜਿਹੜੀ ਚੰਗੀ ਲੱਗਦੀ ਸੀ ਚੁੱਕ ਕੇ ਲੈ ਜਾਂਦੇ ਸੀ ਇੱਡੂ ਵੱਡਾ ਜਿਨੋਸਾਈਡ ਹੋਰ ਕੀ ਹੋਊਗਾ 25 ਬੰਦੇ ਤਾਂ ਇਹ ਸੀ ਜਿਹੜੇ ਜੇਲ੍ਹ ਰਹੇ ਤਕਰੀਬਨ 1 ਮਹੀਨਾ ਤੋਂ ਬਾਅਦ ਇਹਨਾਂ ਦੀ ਜਮਾਨਤ ਰਹੀ ਅਤੇ 26ਵਾਂ ਬੰਦਾ ਸੀ ਇੱਕ ਰਾਮ ਸਿੰਘ ਉਹ ਵੀ ਪੁਲਿਸ ਨੇ ਐਫ ਆਈ ਆਰ ਦੇ ਵਿੱਚ ਲਿਖਿਆ ਕਿ ਆਪਣੇ ਘਰੋਂ ਗੋਲੀ ਚਲਾ ਰਿਹਾ ਸੀ ਕਿਉਂਕਿ ਮੌਬ ਅਟੈਕ ਕਰ ਰਿਹਾ ਸੀ ਉਹਨੂੰ ਗ੍ਰਿਫਤਾਰ ਕਰਕੇ ਲਿਆ ਮੌਬ ਕਿਉਂ ਕਿਸੇ ਨੂੰ ਗ੍ਰਿਫਤਾਰ ਕਰਕੇ ਇਹ ਜੋ ਮੈਂ ਤੁਹਾਨੂੰ ਦੱਸ ਰਿਹਾ ਨਾ ਕੋਈ ਸੀਕ੍ਰੇਟ ਡਾਕੂਮੈਂਟ ਨਹੀਂ ਹਨ ਇਹ ਨਹੀਂ ਕਿ ਮੈਂ ਕੋਈ ਬੜੀ ਕੌਨਫੀਡੈਂਸ਼ੀਅਲ ਗੱਲ ਦੱਸ ਰਿਹਾ ਅਤੇ ਮੈਂ ਇੱਥੇ ਆ ਕੇ ਕੈਨੇਡਾ 'ਚ ਆ ਕੇ ਬੋਲ ਰਿਹਾ ਇਹੋ ਦਸਤਾਵੇਜ਼ ਇੱਕ ਇੱਕ ਚੀਜ਼ ਦਾ ਰਿਕਾਰਡ ਅਸੀਂ ਕਮਿਸ਼ਨ ਅਤੇ ਇਨਕੁਆਇਰੀਆਂ ਦੇ ਰਿਕਾਰਡ 'ਤੇ ਰੱਖਿਆ ਵਾ ਉਹ 25 ਬੰਦੇ ਜਿਹੜੇ ਗ੍ਰਿਫਤਾਰ ਕੀਤੇ ਸੀ ਸਿਕਲੀ ਘਰ ਉਹਨਾਂ 'ਚੋਂ ਸੰਤਾ ਸਿੰਘ ਹੋਰੀ ਉਹ 25ਾਂ ਦੇ ਉਹਨਾਂ ਦੇ ਐਫੀਡੇਵਿਟ ਲੈ ਕੇ 1985 ਦੇ ਵਿੱਚ ਅਸੀਂ ਗੌਰਮੈਂਟ ਮਿਸ਼ਰਾ ਕਮਿਸ਼ਨ ਚੱਲ ਰਿਹਾ ਸੀ ਉਹਦੇ ਰਿਕਾਰਡ 'ਤੇ ਰੱਖੇ ਆ
ਆ ਕੁੜੀਆਂ ਨੂੰ ਜਿਹੜਾ ਚੁੱਕੇ ਲਗਾਇਆ ਪਾਰਕ ਚੋਂ, ਇਹਦੇ ਐਫੀਡੇਵਿਟ ਅਸੀਂ ਕਮਿਸ਼ਨ ਦੇ ਰਿਕਾਰਡ ਤੇ ਰੱਖੇ ਆ। ਕੋਈ ਕੌਨਫੀਡੈਂਸ਼ੀਅਲ ਸੀਕ੍ਰੇਟ ਡਾਕੂਮੈਂਟ ਨਹੀਂ ਆ ਰਹੇ, 1985 ਦੀਆਂ ਗੱਲਾਂ ਕਰ ਰਹੇ, ਅੱਜ ਨਹੀਂ 1985 ਦੀਆਂ, ਕੋਈ ਸੀਕ੍ਰੇਟ ਨਹੀਂ। ਮੇਰੀ ਕਿਤਾਬ ਆ ਜਿਹੜੀ ਵੈਨੇਟਰੀ ਸ਼ੁਕ ਡੈਲੀ, ਜਿਹਦਾ ਪੰਜਾਬੀ ਜਦੋਂ ਦਰਸ਼ਨ ਦਿੱਲੀ ਲਾਈ, ਸਾਰਾ ਕੁਛ ਲਿਖਿਆ, ਪੂਰੀ ਕਹਾਣੀ ਇਹਦੇ ਬਾਰੇ, ਸਾਰੀ ਇਹਦੇ ਬਾਰੇ ਹੈ। ਅਤੇ ਇਹ ਜੀਨੋਸਾਈਡ, ਹੁਣ ਤਾਂ ਜੋ ਸੱਜਣ ਕੁਮਾਰ ਨੂੰ ਸਜ਼ਾ ਹੋਈ ਆ, ਸੱਜਣ ਕੁਮਾਰ ਦੀ ਸਜ਼ਾ ਜਿਹੜੇ ਜੱਜ ਨੇ ਜੱਜਮੈਂਟ ਲਿਖੀ ਆ, ਜਸਟਿਸ ਮੁਰਲੀਧਰ ਅਤੇ ਜਸਟਿਸ ਵਿਨੋਦ ਗੋਇਲ ਨੇ, ਉਹਨਾਂ ਨੂੰ ਜੱਜਮੈਂਟ ਦੇ ਵਿੱਚ ਲਿਖਿਆ ਕਿ ਇਟ ਵਾਜ ਏ ਕ੍ਰਾਈਮ ਅਗੇਂਸਟ ਹਿਊਮੈਨਿਟੀ ਵਿਚ ਇਜ਼ ਇਕੁਅਲੈਂਟ ਟੂ ਜੀਨੋਸਾਈਡ। ਨਾਲ ਉਹ ਜੱਜ ਨੇ ਇਹ ਵੀ ਲਿਖਿਆ ਕਿ ਇੰਡੀਆ ਦੇ ਵਿੱਚ ਜੀਨੋਸਾਈਡ ਦਾ ਕੋਈ ਲਾਅ ਹੀ ਨਹੀਂ, ਰਿਕਮੈਂਡ ਕੀਤਾ ਕਿ ਗਵਰਨਮੈਂਟ ਨੂੰ ਕਿ ਜੀਨੋਸਾਈਡ ਦਾ ਲਾਅ ਬਣਾਓ। ਇਹ ਤਾਂ ਤੁਹਾਨੂੰ ਇੱਕ ਛੋਟੀ ਜਿਹੀ ਇੱਕੋ ਗੱਲ ਦੱਸੀ ਹੈ। ਮੇਰਾ ਖਿਆਲ ਆ ਜੇਕਰ ਸੈਂਕੜੇ ਇੰਸੀਡੈਂਟ, ਸੈਂਕੜੇ ਵਾਕਿਆ ਇਹੋ ਜਿਹੇ ਪਰ ਮੈਂ ਇਕੱਲੀਆਂ ਕਹਾਣੀਆਂ ਸੁਣਾਉਣ ਦਾ ਟਾਈਮ ਨਹੀਂ ਆਏ ਹੁਣ, ਇਕੱਲੀਆਂ ਆਪਾਂ ਕਹਾਣੀਆਂ ਸੁਣਾਈ ਜਾਈਏ, ਸੜਦਾ ਲੇ ਹੋਇਆ, ਰੋ ਪੁੱਟ ਕੇ, ਮਤਲਬ ਕਿ ਸਿੰਘਾਂ ਦਾ ਕੰਮ ਨਹੀਂ ਹੈ, ਅਸੀਂ ਇਕੱਲਾ ਰੋ ਪੁੱਟ ਕੇ ਚੁੱਪ ਕਰਤੀਏ। ਇਹੀ ਕਾਰਨ ਸੀ ਕਿ ਗੁਰੂ ਸਾਹਿਬ ਨੇ ਜੋ ਮੈਨੂੰ ਮੇਰਾ ਮੈਂ ਸੋਚਦਾ ਕਿ ਮੇਰਾ ਜੋ ਮੇਰੀ ਡਿਊਟੀ ਲਾਈ ਤੱਕ ਉਹਨੇ ਆਪ ਹੀ ਲਾਈ ਆ ਅਤੇ ਕੰਮ ਆਪ ਹੀ ਕਰਾਇਆ, ਕੋਈ ਮੇਰੇ ਬੰਦੇ 'ਚ ਕੋਈ ਵੱਡੀ ਐਸੀ ਗੱਲ ਨਹੀਂ ਹੁੰਦੀ। ਪਰ ਆਪਾਂ ਐਜ਼ ਏ ਕਮਿਊਨਿਟੀ, ਇੱਕ ਕੌਮ ਦੇ ਤੌਰ ਦੇ ਉੱਤੇ ਆਪਾਂ ਸੋਚੀਏ, ਇੱਕ ਕੌਮ ਦੇ ਤੌਰ 'ਤੇ ਸੋਚੀਏ, ਆਪਾਂ ਤੀਜੇ ਘੱਲੂਘਾਰੇ ਨੂੰ ਕਿਵੇਂ ਡੀਲ ਕੀਤਾ। ਅੱਜ ਹਿਸਟੋਰੀਅਨ ਪਹਿਲੇ ਅਤੇ ਦੂਜੇ ਘੱਲੂਘਾਰੇ ਨੂੰ ਸਟੱਡੀ ਕਰਦੇ ਆ, ਜਦੋਂ ਪਹਿਲੇ ਅਤੇ ਦੂਜੇ ਘੱਲੂਘਾਰੇ ਨੂੰ ਸਟੱਡੀ ਕਰਦੇ ਆ ਤੇ ਉਦੋਂ ਉਹ ਇਹ ਕਹਿੰਦੇ ਆ ਕਿ 1762 ਦੇ ਵਿੱਚ 70% ਸਿੱਖਾਂ ਨੂੰ ਮਾਰਤਾ ਸੀ, ਪਰ ਸਿੰਘਾਂ ਨੇ ਹਾਰ ਨਹੀਂ ਮੰਨੀ। ਉਹ ਜੱਸਾ ਸਿੰਘ ਆਲੂਵਾਲੀਆ ਤੇ ਚੂੜ ਸਿੰਘ ਸੁੱਕਰ ਚੁੱਕੀਆਂ ਨੇ, ਉਹ ਫਰਵਰੀ 1762 ਦੇ ਵਿੱਚ ਘੱਲੂਘਾਰਾ ਹੋਇਆ ਸੀ, 6 ਮਹੀਨੇ ਦੇ ਵਿੱਚ 1762 ਦੇ ਸਾਲ ਦੇ ਵਿੱਚ ਹੀ ਜਾ ਕੇ ਲਾਹੌਰ ਤੇ ਕਬਜ਼ਾ ਕਰ ਲਿਆ ਸੀ। ਲਾਹੌਰ ਤੇ ਉਹ ਸੀ ਜਜ਼ਬਾ, ਸਿੰਘੀ ਦਾ ਜਜ਼ਬਾ, ਸਿੱਖੀ ਦਾ ਜਜ਼ਬਾ ਉਹ ਸੀ। ਅੱਜ ਆਪਾਂ ਐਂ ਕਰੋ ਜੀ, ਆਪਾਂ ਕਿਸੇ ਨੂੰ ਆਪਣੇ ਆਪ ਨੂੰ ਕਹੀਏ ਕਿ ਆਪਾਂ ਤੀਜੇ ਘੱਲੂਘਾਰੇ ਦਾ ਇਤਿਹਾਸ ਲਿਖੋ। ਅੱਜ ਤੋਂ 100 ਸਾਲ ਮਗਰੋਂ ਹਿਸਟੋਰੀਅਨ ਪੜ੍ਹਨਗੇ, ਸਟੱਡੀ ਕਰਨਗੇ, ਸਾਡੀ ਪੀੜ੍ਹੀ ਨੂੰ ਪੜ ਸਟੱਡੀ ਕਰਨਗੇ, ਆਪਾਂ ਤੀਜੇ ਘੱਲੂਘਾਰੇ ਦਾ ਇਤਿਹਾਸ ਲਿਖੋ, ਕੀ ਲਿਖੋਗੇ, ਕੀ ਇਹ ਲਿਖੋਗੇ ਕਿ ਜੋ ਟਾਈਟਲ ਦੇ ਅਗੇਂਸਟ ਕੇਸ ਸ਼ੁਰੂ ਕੀਤਾ ਤਾਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਉਹਨੂੰ ਸਰੋਪਾ ਦਿੱਤਾ ਤੇ ਕਿਰਪਾਨ ਦਿੱਤੀ ਤੇ ਅਖਬਾਰ 'ਚ ਫੋਟੋਆਂ ਦਿੱਤੀਆਂ, ਇਹ ਲਿਖਾਂਗੇ ਕੀ, ਇਹ ਲਿਖਾਂਗੇ ਕਿ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਜਗ੍ਹਾ ਜਗ੍ਹਾ ਤੇ ਜਾ ਕੇ ਕਹਿ ਰਿਹਾ ਜਿਹੜੀ ਟੀਮ ਟਾਈਟਲਰ ਨੂੰ ਪ੍ਰੋਸੀਕਿਊਟ ਕਰਨ ਦੀ ਕੋਸ਼ਿਸ਼ ਕਰ ਰਹੀ ਆ, ਉਸ ਟੀਮ ਦੇ ਉੱਤੇ ਐਲੀਗੇਸ਼ਨ ਲਾ ਕੇ ਇਹ ਫੂਲਕਾ ਦਾ ਟਾਈਟਲ ਭਾਈ ਸਾਹਿਬ ਨੂੰ ਮਤਲਬ ਤੰਗ ਕਰ ਰਿਹਾ, ਅਸੀਂ ਇਹਨੂੰ ਤੰਗ ਨਹੀਂ ਕਰਨ ਦੇਵਾਂਗੇ, ਇਹ ਇਤਿਹਾਸ ਲਿਖਾਂਗੇ ਆਪਾਂ ਕੀ, ਅਸੀਂ ਇਹ ਇਤਿਹਾਸ ਲਿਖਾਂਗੇ ਕਿ 1995 ਵਿੱਚ ਇੱਕ ਬੜਾ ਦਬੰਗ ਜੱਜ ਆਇਆ ਸੀ ਜਸਟਿਸ ਟੀਂਗਰਾ, ਸ਼ਿਵ ਨਾਰਾਇਣ ਟੀਂਗਰਾ, ਉਹਦੇ ਅੱਗੇ ਜਾ ਕੇ ਸਤਨਾਮੀ ਕੌਰ ਨੇ ਬਿਆਨ ਦਿੱਤਾ ਕਿ ਆ ਜਿਹੜਿਆਂ ਦੇ ਮੈਂ ਨਾਮ ਲਿਖਾਇਆ ਨਾ, ਇਹਨਾਂ ਦੇ ਨਾਲ ਨਾਲ ਮੈਂ ਨਾਮ HKL ਭਗਤ ਦਾ ਵੀ ਲਿਖਾਇਆ ਸੀ। HKL ਭਗਤ ਦੇ ਟਾਈਟਲਰ ਤੇ ਸੱਜਣ ਕੁਮਾਰ ਦਾ ਬੌਸ ਸੀ, ਬਹੁਤ ਪਾਵਰਫੁਲ ਸੀ ਉਸ ਵੇਲੇ, ਕਿ ਮੈਂ ਇਹਦਾ ਵੀ ਨਾਮ ਲਿਖਾਇਆ ਸੀ। ਔਰ ਢੀਂਗੜਾ ਬੜਾ ਦਬੰਗ ਜੱਜ, ਉਹਨੇ ਕਿਹਾ ਬੀਬੀ ਕੋਈ ਗੱਲ ਨਹੀਂ, ਪੁਲਿਸ ਨੇ ਨਹੀਂ ਲਿਖਿਆ, ਮੈਂ ਲਿਖਦਾ। ਉਹਦੇ ਬਿਆਨ 'ਚ ਨਾਮ ਲਿਖ ਕੇ ਭਗਤ ਦੇ ਫਰੰਟ ਕਰਦੇ, ਔਰ ਜਿਸ ਦਿਨ ਭਗਤ ਨੂੰ ਅਰੈਸਟ ਕਰਕੇ ਪੁਲਿਸ ਨੇ ਪੇਸ਼ ਕੀਤਾ ਨਾ, ਸਾਰੇ
ਦੇਸ਼ ਵਿੱਚ ਥਲਥਲਾ ਮੱਚੀ ਹੋਈ ਸੀ। ਭਗਤ ਨੂੰ ਅਰੈਸਟ, ਭਗਤ ਨੂੰ ਜਿਹਦੇ ਅਰੈਸਟ ਕਰਕੇ ਉਹਨੂੰ ਉੱਥੇ ਪੇਸ਼ ਕੀਤਾ ਨਾ ਢੀਂਗ ਰਾਜੀ ਕੋਰਟ 'ਚ, 10,000 ਬੰਦਾ ਭਗਤ ਨਾਲ ਆਇਆ, 100 ਵਕੀਲ ਆਇਆ ਨਾਲ ਬਾਰ ਕੌਂਸਲ ਦਾ ਚੇਅਰਮੈਨ, ਅਤੇ ਇੱਧਰੋਂ ਮੈਂ ਅਤੇ ਮੇਰੇ ਨਾਲ ਮੇਰੇ ਦੋ ਜੂਨੀਅਰ, ਬੜੀ ਗਰਮੋ ਗਰਮ ਬਹਿਸ ਹੋਈ। ਬਹਿਸ ਜਦੋਂ ਖਤਮ ਹੋਈ ਤਾਂ ਜੱਜ ਅੰਦਰ ਗਿਆ ਆਪਣੇ ਚੈਂਬਰ 'ਚ ਆਰਡਰ ਲਿਖਣ ਵਾਸਤੇ, ਅਤੇ ਭਗਤ ਦੇ ਟੋਲੇ 'ਚੋਂ 2-3 ਵਕੀਲ ਮੇਰੇ ਕੋਲ ਆਏ, ਕਹਿੰਦੇ ਹੁਣ ਇਹ ਜੱਜ ਨੇ ਭਗਤ ਨੂੰ ਜੇਲ੍ਹ ਭੇਜਣਾ ਅਤੇ ਤੁਹਾਨੂੰ ਲੋਕਾਂ ਨੇ ਬਾਹਰ ਨਹੀਂ ਨਿਕਲਣ ਦੇਣਾ। ਉਹ ਜਿਹੜਾ ਜੱਜ ਦਾ ਰੀਡਰ ਸੀ ਨਾ, ਉਹਨੇ ਸੁਣ ਲਈ ਗੱਲ, ਕੋਰਟ ਮਾਸਟਰ ਨੇ ਉਹਨੇ ਜੱਜ ਦੇ ਕਮਰੇ ਰਾਹੀਂ ਸਾਨੂੰ ਬਾਹਰ ਕੱਢਿਆ ਉੱਥੋਂ, ਔਰ ਉਹ ਜੱਜ ਨੇ ਭਗਤ ਨੂੰ ਜੇਲ੍ਹ ਭੇਜਿਆ। ਕੁਛ ਦਿਨ ਉਹ ਜੇਲ੍ਹ ਰਿਹਾ, ਫਿਰ ਜ਼ਮਾਨਤ 'ਤੇ ਆਇਆ। ਉਹ ਜੱਜ ਇੰਨਾ ਦਬੰਗ ਜੱਜ ਸੀ, ਉਹਨੇ 6 ਮਹੀਨੇ ਦੇ ਵਿੱਚ ਵਿੱਚ ਭਗਤ ਨੂੰ ਜਾਂ ਫਾਂਸੀ ਜਾਂ ਉਮਰ ਕੈਦ ਦੀ ਸਜ਼ਾ ਸੁਣਾਉਂਦਾ। ਆਹ ਸੱਜਣ ਕੁਮਾਰ ਦੀ ਸਜ਼ਾ ਜੋ ਅਸੀਂ ਦਸੰਬਰ 2018 'ਚ ਕਹਿ ਰਹੇ ਹਾਂ ਨਾ, ਇਹ ਦਸੰਬਰ 2018 ਤੋਂ 23 ਸਾਲ ਪਹਿਲਾਂ 1995 'ਚ ਹੀ ਭਗਤ ਨੂੰ, ਉਹ ਵੀ ਇਹਦਾ ਜਿਹੜਾ ਵੱਡਾ ਬੌਸ ਸੀ, ਉਹਨੂੰ ਉਮਰ ਕੈਦ ਦੀ ਕਮ ਸੇ ਕਮ ਸਜ਼ਾ ਹੋਣੀ ਸੀ। ਕਿਉਂ ਨਹੀਂ ਹੋਈ, ਕਿਉਂ ਨਹੀਂ ਹੋਈ? ਯਾਦ ਰੱਖਿਆ ਕਰੋ ਗੱਲਾਂ, ਇਹ ਨਹੀਂ ਕਿ ਫੁਲਕਾ ਇੰਡੀਆ ਤੋਂ ਆਵੇ ਤੁਹਾਨੂੰ ਸੁਣਾ ਕੇ ਜਾਵੇ। ਹਾਂ, ਯਾਦ ਰੱਖਿਆ ਕਰੋ, ਕਿਉਂਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਜਿਹੜੇ ਮੈਂਬਰ ਦੀ ਡਿਊਟੀ ਲਾਈ ਸੀ ਕਿ ਤੂੰ ਸਤਨਾਮੀ ਕੌਰ ਦਾ ਖਿਆਲ ਰੱਖਣਾ, ਇਹਨੂੰ ਪ੍ਰੋਟੈਕਸ਼ਨ ਦੇਣੀ ਆ, ਇਹਨੂੰ ਕੋਰਟ ਲੈ ਕੇ ਆਇਆ ਕਰਨਾ, ਉਸਨੇ ਭਗਤ ਤੋਂ ਪੈਸੇ ਲੈ ਕੇ ਸਤਨਾਮੀ ਕੌਰ ਦੇ ਉੱਤੇ ਜ਼ੋਰ ਪਾ ਕੇ ਉਹਨੂੰ ਮੁਕਰਾਤਾ, ਉਹਨੂੰ ਮੁਕਰਾਤਾ, ਔਰ ਉਹ ਜੱਜ ਨੂੰ ਉਹਨਾਂ ਨੇ ਬਖਸ਼ਿਆ ਨਹੀਂ, ਢੀਂਗਰੇ ਨੂੰ ਸੁਪਰਸੀਡ ਕਰਤਾ ਹਾਈਕੋਰਟ। 2 ਸਾਲ ਉਹਨੂੰ ਸੁਪਰਸੀਡ ਕਰਕੇ ਦੂਜੇ ਜੱਜਾਂ ਨੂੰ ਲਿਆਂਦੇ ਰਹਿ, ਕਹਿੰਦੇ ਉਹਨੂੰ ਸਬਕ ਸਿਖਾਉਣਾ, ਇਹਨੂੰ ਪ੍ਰਮੋਟ ਨਹੀਂ ਕਰਨਾ। ਅਤੇ ਸਾਡਾ ਇਹ ਹਾਲ, ਇਹ ਫਿਰ ਮੈਂ ਕੋਈ ਸੀਕਰਟ ਗੱਲ ਨਹੀਂ ਤੁਹਾਨੂੰ ਦੱਸ ਰਿਹਾ, 1995 ਦੇ ਸਾਰੇ ਅਖਬਾਰਾਂ ਦੀਆਂ ਸੁਰਖੀਆਂ, ਅਤੇ ਉਦੋਂ ਮਗਰੋਂ ਭਾਈ ਰਣਜੀਤ ਸਿੰਘ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੀ, ਭਾਈ ਰਣਜੀਤ ਸਿੰਘ ਨੇ ਮੈਂਬਰ ਨੂੰ ਬੁਲਾਇਆ, ਬੁਲਾ ਕੇ ਤਨਖਾਹੀਆਂ ਡਿਕਲੇਅਰ ਕਰਤਾ। ਅੱਜ ਵੀ ਉਹ ਮੈਂਬਰ ਤਨਖਾਹੀਆ, ਪਰ ਤਨਖਾਹੀਆ ਹੋਣ ਦੇ ਬਾਵਜੂਦ ਦਿੱਲੀ ਗੁਰਦੁਆਰਾ ਕਮੇਟੀ ਦੇ ਇਲੈਕਸ਼ਨ 4 ਵਾਰੀ ਜਿੱਤ ਚੁੱਕਿਆ, ਅੱਜ ਵੀ ਮੈਂਬਰ ਆ। ਉਹਦੇ ਨਾਲ ਹੋਰ ਵੀ ਲੀਡਰ ਸੀਗੇ ਜੀ, ਜਿਹਨਾਂ ਨੂੰ ਤਨਖਾਹੀਆ ਕੀਤਾ ਸੀ, ਉਹ ਪ੍ਰਧਾਨ ਤੱਕ ਵੀ ਬਣ ਗਏ, ਇਹ ਬਣ ਗਏ, ਅਤੇ ਮਤਲਬ ਕਿ ਇਹ ਸਾਰਿਆਂ ਨੇ ਪੜ੍ਹਿਆ ਹੋਊਗਾ, ਕੋਈ ਕੋਨਫੀਡੈਂਸ਼ੀਅਲ ਕੋਈ ਸੀਕਰਟ ਕਰਨਾ ਨਹੀਂ ਜੋ ਮੈਂ ਦੱਸ ਰਿਹਾ, ਇਹ ਯਾਦ ਰੱਖਿਆ ਕਰੀਏ, ਯਾਦ ਰੱਖਣ ਵਾਲੀਆਂ ਨੇ ਯਾਦ ਰੱਖੋ। ਇਤਿਹਾਸਕਾਰ ਇਹ ਲਿਖਣਗੇ ਸਾਡੀ ਪੀੜ੍ਹੀ ਨਹੀਂ ਕੀਤਾ, ਉਹ ਮੈਂ ਤਾਂ ਵਾਹਿਗੁਰੂ ਦਾ ਸ਼ੁਕਰ ਗੁਜ਼ਾਰ ਹਾਂ, ਵਾਹਿਗੁਰੂ ਨੂੰ ਉਹਨੂੰ ਮਤਲਬ ਕਿ ਉਹਦਾ ਸ਼ੁਕਰ ਅਸੀਂ ਕਰ ਦੇ ਨਹੀਂ ਸਕਦੇ, ਪਰ ਉਹਦਾ ਦੇਣਾ ਜਿਹੜਾ ਸੱਜਣ ਕੁਮਾਰ ਨੇ ਸਜ਼ਾ ਦਵਾਤੀ, ਕਮ ਸੇ ਕਮ ਲਾਜ ਲੱਗਣੋਂ ਤਾਂ ਬਚ ਗਈ, ਇਹ ਤਾਂ ਹੋਇਆ ਕਿ ਉਹਨੂੰ ਤਾਂ ਸਜ਼ਾ ਦਵਾਤੀ, ਨਹੀਂ ਤਾਂ ਗਈ ਸੀ, ਗਈ ਸੀ। ਹਾਲਤ ਇੱਥੇ ਇਹ ਸੀ ਕਿ ਜਦੋਂ ਮੈਂ ਪੋਲੀਟਿਕਸ ਛੱਡ ਕੇ, ਉਹ ਮੰਤਰੀ ਦਾ ਅਹੁਦਾ ਛੱਡ ਕੇ, ਲੀਡਰ ਆਫ ਆਪਰੇਸ਼ਨ ਦਾ ਅਹੁਦਾ ਛੱਡ ਕੇ, ਮੈਂ ਕਿਹਾ ਮੈਂ ਤਾਂ 84 ਦੇ ਕੇਸ ਕਰ ਰਿਹਾ, ਉਹ ਮੈਂ ਤਾਂ ਮੰਤਰੀ ਦਾ ਅਹੁਦਾ ਛੱਡ ਕੇ ਆਇਆ ਸੀ, ਕਾਹਦੇ ਵਾਸਤੇ ਆਇਆ ਸੀ? ਸੱਜਣ ਕੁਮਾਰ ਦਾ ਕੇਸ ਕਰਨ ਹੈ, ਔਰ ਮੈਨੂੰ ਲੋਕਾਂ ਨੇ ਕੀ ਕੀ ਕਿਹਾ ਜੀ, ਦੱਸਿਓ ਕੀ ਕਿਹਾ ਜੀ, ਹੈਂ ਦੱਸੋ ਜਰਾ, ਬਹੁਤੀ ਪੁਰਾਣੀ ਗੱਲ ਨਹੀਂ, ਆ 2 ਸਾਲ ਪੁਰਾਣੀ ਗੱਲ ਕਿ ਪੰਜਾਬ ਨਾਲ ਧੋਖਾ ਕਰਕੇ ਆਇਆ, ਇਹ 84 ਦੇ ਕੇਸਾਂ ਚੋਂ ਕੀ ਲੱਗਣਾ, ਮੰਤਰੀ ਦਾ ਅਹੁਦਾ ਮੈਂ ਛੱਡਾਂ, ਪੋਲੀਟਿਕਸ ਮੈਂ ਛੱਡਾਂ, ਅਤੇ ਪੰਜਾਬ ਨਾਲ ਧੋਖਾ ਵੀ ਮੈਂ ਹੀ ਕਰਾਂ, ਇਹ ਕੁਛ ਹੋਇਆ। ਹੁਣ ਕਦੇ ਕਦੇ ਮਨ ਨਹੀਂ ਕਰਦਾ ਕਿ ਸੁਣਾਉਣ ਨੂੰ, ਜੋ ਆਪਣੇ ਆਪ ਲੱਗਿਆ ਲੱਗੇ ਆ, ਵਾਹਿਗੁਰੂ ਨੇ ਹਿੰਮਤ ਦਿੱਤੀ ਆ, ਲੱਗਿਆ, ਕੋਈ ਗੱਲ ਨਹੀਂ, ਕੋਈ ਪਰਵਾਹ ਨਹੀਂ ਕਿਸੇ ਦੀ, ਉਹ ਨਾਲ ਆ, ਪਰ ਜਦੋਂ ਜ਼ੋਰ ਦਿੰਦੇ ਆ ਨਾ ਜੀ, ਆ ਜਾਓ ਆ ਕੇ ਦੱਸੋ, ਤਾਂ ਫਿਰ ਉਹਦੇ ਬਾਅਦ ਰੁਕਿਆ ਨਹੀਂ ਜਾਂਦਾ। ਮੈਂ ਇਹ ਗੱਲਾਂ ਨਹੀਂ ਸੀ ਕਰਨਾ ਆਇਆ, ਉਹ ਲੈ ਚੱਲ ਵੀ ਲੈ ਦੇ ਵਿੱਚ ਹੀ ਹੋਊਗੀਆਂ,
मैं अपना बस सिर्फ एक गल यह कहूंगा कि 1984 ने सिखा यूनाइट करना चाहिए। जेकर उन्होंने मारिया सी ये इसी पुछ के मारिया कि भाई तू मिशनरी आ जा तू टकसाली आ, ये इसी पुछ के मारिया, वो सिखा दे सब नू मारिया सी। पर 1984 तो मगरों से इन्ने क विवादा च वंडे गए, इन्ने क विवादा च वंडे गए। वो जिन्हां दिनां च मैं स्कूल च कॉलेज च पढ़ता सी 84 तो पुरानी गल कदे इह विवाद सुने ही नहीं सी। अजकल असीं इन्ने क विवाद खड़े कर लिया, इन्ने फिर कहने जी इंटैलीजेंस एजेंसी सानू डरा रही हैं, डरदा तो असीं आ भाई एडे एडे क पैसे। हुण मैं की कहां कि किस दे कहे तो लड़ी गई है, इन्ने क विवाद, एक खत्म नहीं होंदा दूजा शुरू कर लेदा। नाल शाही कैलेंडर, वो दिल्ली गुरुद्वारा कमेटी उत्थे गुरपुरब मना रही सी, मैं उत्थे बैठा संगत विच, सारी दिल्ली का मीडिया उत्थे, गुरुद्वारा कावगल साहब स्टेज ते कृपाना चल गईआं कि गुरपुरब तुसीं इस दिन क्यों मना रहे हो, इस दिन मनाओ, कृपाना चल गईआं स्टेज ते। एक ना सिंगापुर दे बिजनेसमैन आ, सब तो सिंगापुर का रिचेस्ट सिख आ करण सिंह ठकराल, उन्हें एक लैटर छापिया, उन्हें तीन तरीका लगता गुरपुरब नानक शाही कैलेंडर मुताबक, गुरपुरब अज के कैलेंडर मुताबक, गुरपुरब प्राचीन कैलेंडर मुताबक। वो भाई तो नहीं मना लो, कृपाना करो कि कही जाने हो, या जिदा जी करता जो बना लो। तो फिर देखो जी, मैं तो कोई बहुता ना तो मैं कोई सिख स्कॉलर हाँ, ना ही मैं हिस्टोरियन हाँ, मैनू तो आ दसम ग्रंथ का विवाद आप जी, मैं क्या एवें कृपाना कका के एवें कड़काना कका के। कोई होर सिख की पग ला दे तो असं कही जाने कि जी बेइज्जती करती जी सिख की पग ला सी, असं खुद ही गुरुद्वार सिखा दिया पगा ला के वीडियो बना बना के बच्चे पाने, सोता ढडरिया सोता, ये कुछ कर रहे हैं। 84 तो बाद साड़ी पीढ़ी ने आ कुछ किया, ये कुछ किया साड़ी पीढ़ी ने 84 तो मगरों, जगह जगह से बवाल, जगह जगह लड़ाई चल रही। ओ भाई 100 क मुद्दे तो कम से कम साढ़े है ना, जे साडा 90 च मतभेद आ ते 10 च विचार सांझे आ तां 10 विच तां इकट्ठे होल के कर लिए। ਆਪਾਂ ਕੀ ਕਰੀਦਾ, 90 ਚ ਸਾਡਾ ਵਿਚਾਰ ਸਾਂਝਾ ਹੁੰਦਾ, 10 ਚ ਮਤਭੇਦ ਆ, ਪਹਿਲਾਂ ਦੂਏ 10 ਉਹ 91 ਨੂੰ ਲੈ ਕੇ ਬਹਿਜੇਗਾ, ਉਹ 90 ਦੀ ਗੱਲ ਨਹੀਂ ਕਰਦੇ। ਕਮ ਸੇ ਕਮ ਉਹ ਗੱਲਾਂ ਤੋਂ ਕਹੀਏ। ਮੈਂ ਤਾਂ ਜਿੰਨੇ ਵੀ ਸੈਮੀਨਾਰਾਂ 'ਤੇ ਗਿਆ, ਜਿੱਥੇ ਵੀ ਕਿਹਾ, ਸਾਰਿਆਂ ਨੂੰ ਉਹੀ ਕਹਿੰਦਾ ਭਾਈ ਆ ਵਿਵਾਦਾਂ 'ਤੇ 5 ਸਾਲ ਵਾਸਤੇ ਮੋਰੇਟੋਰੀਅਮ ਲਗਾ ਲਓ। ਜੇ ਤੁਸੀਂ ਅੱਜ ਕਹਿੰਦੇ ਹੋ ਜੀ ਸਾਡਾ ਧਾਰਮਿਕ ਅਦਾਰੇ ਸਾਡੀ IGPC ਉਹ ਕਬਜ਼ੇ 'ਚ ਆ, ਕਿਹਦੇ ਕਬਜ਼ੇ 'ਚ ਆ ਜੀ, ਕਿਹਦੇ ਕਬਜ਼ੇ 'ਚ ਆ, ਹੈਂਜੀ ਆਪਾਂ ਕਹਿੰਦੇ ਹਾਂ ਕਬਜ਼ੇ 'ਚ ਆ, ਉਹ ਵਰਤ ਰਹੇ ਆ। IGPC ਦੇ ਮੈਂਬਰ ਕੀ ਕੰਮ ਕਰਦੇ ਆ ਜੀ, ਮੈਨੂੰ ਦੱਸਿਓ ਜੀ, ਰਾਜਕਾਲ ਕੀ ਕੰਮ ਕਰਦੇ ਆ IGPC ਦੇ ਮੈਂਬਰ, ਬਿਨਾਂ ਬਾਦਲਾਂ ਦੇ ਵਾਸਤੇ ਵੋਟਾਂ ਵਟਾਉਣ ਤੋਂ ਬਿਨਾਂ ਉਹਨਾਂ ਨੂੰ ਕੋਈ ਕੰਮ ਹੀ ਨਹੀਂ, ਵੋਟਾਂ ਹੀ ਵਟਾਉਂਦੇ ਆ। ਤੇ ਸਾਡੇ ਜਿੰਨੇ ਧਾਰਮਿਕ ਅਦਾਰੇ ਆ ਸਾਰੇ ਦੇ ਸਾਰੇ ਇਸ ਕੰਮ ਵਾਸਤੇ ਲੱਗੇ ਆ। ਤੇ ਮੈਂ ਪਿੱਛੇ ਜੇ ਕਈ ਸੈਮੀਨਾਰ 'ਤੇ ਮੈਂ ਜਾ ਕੇ ਕਿਹਾ, ਉਹ ਮੈਂ ਕਿਹਾ ਬਾਦਲਾਂ ਨੂੰ ਕੱਢਣ ਨਾਲ ਕੋਈ ਫਰਕ ਨਹੀਂ ਪੈਣਾ, ਇੱਦਾਂ ਸਾਰੇ ਸਿਆਸੀ ਬੰਦਿਆਂ ਨੂੰ ਕੱਢੋ, ਪੋਲੀਟੀਕਲ ਪਾਰਟੀ ਦਾ ਕੋਈ ਮਤਲਬ ਨਹੀਂ ਹੈ ਇੱਥੇ ਆ ਕੇ ਇਲੈਕਸ਼ਨ ਲੜਨ ਦਾ, ਪੋਲੀਟੀਕਲ ਪਾਰਟੀਆਂ ਜਾਂ ਮੇਨ ਸਟ੍ਰੀਮ ਲੜੋ ਜਾਂ ਗੁਰਦੁਆਰੇ ਦੇ ਇਲੈਕਸ਼ਨ ਲੜੋ, ਉਹ ਕੋਈ ਨਹੀਂ ਬਣਿਆ। ਫਿਰ ਆ ਪਿੱਛੇ ਜੇ ਜਦੋਂ ਮੈਂ ਆਪ ਹੀ ਮੈਂ ਪ੍ਰੈਸ ਕਾਨਫਰੰਸ ਕਰਕੇ ਕਾਲ ਦਿੱਤੀ ਕਿ ਜੀ IGPC ਦਾ ਸਿਆਸੀਕਰਨ ਖਤਮ ਕਰਨਾ, ਕਿ ਜੋ ਬੰਦਾ ਸਿਆਸੀ ਉਹ IGPC ਦੇ ਇਲੈਕਸ਼ਨ ਨਹੀਂ ਲੜਨਾ ਚਾਹੀਦਾ। ਮਤਲਬ ਕਿ ਹੁਣ ਤੁਸੀਂ ਦੇਖੋ ਉੱਥੇ ਦੇ ਸੰਵਿਧਾਨ ਦੇ ਮੁਤਾਬਕ ਜੋ ਇੱਕ ਪੋਲੀਟੀਕਲ ਪਾਰਟੀ ਆ ਮੇਨ ਸਟ੍ਰੀਮ ਦੇ ਇਲੈਕਸ਼ਨ ਲੜਦੀ ਆ, ਉਹਦਾ ਕੰਸਟੀਟਿਊਸ਼ਨ ਇਹ ਕਹਿੰਦਾ ਕਿ ਜੀ ਅਸੀਂ ਸੈਕੂਲਰ ਹਾਂ, ਸਾਰੇ ਧਰਮਾਂ ਨੂੰ ਅਸੀਂ ਬਰੋਬਰ ਦਾ ਦਰਜਾ ਦਿੰਦੇ ਹਾਂ, ਕਿਸੇ ਧਰਮ ਦੀ ਨੂੰ ਅਸੀਂ ਪ੍ਰਾਇਓਰਟੀ ਨਹੀਂ ਦਿੰਦੇ।
ਅਤੇ ਜਿਹੜੀ ਪਾਰਟੀ ਐਸ ਜੀ ਪੀ ਸੀ ਦੇ ਇਲੈਕਸ਼ਨ ਲੜਦੀ ਆ ਉਹ ਕਹਿੰਦੀ ਅਸੀਂ ਤਾਂ ਸਿੱਖ ਧਰਮ ਵਾਸਤੇ ਕੰਮ ਕਰਾਂਗੇ, ਸਿੱਖੀ ਨੂੰ ਅੱਗੇ ਪ੍ਰਫੁੱਲਿਤ ਕਰਾਂਗੇ, ਵਧਾਵਾਂਗੇ। ਇਹ ਦੋਨਾਂ ਦਾ ਮੇਲ ਕਿਵੇਂ? ਇਹ ਸੁਖਬੀਰ ਬਾਦਲ ਦੇ ਦੋ ਕੰਸਟੀਟਿਊਸ਼ਨਾਂ ਜੀ, ਇੱਕ ਤਾਂ ਉਹ ਕਹਿੰਦਾ ਜੀ ਅਸੀਂ ਸੈਕੂਲਰ ਹਾਂ, ਦੂਜਾ ਕਹਿੰਦਾ ਅਸੀਂ ਸਿੱਖੀ ਵਾਸਤੇ ਕੰਮ ਕਰਾਂਗੇ। ਤੇ ਬੇਵਕੂ ਆਪਾਂ ਬਣੀ ਜਾਂਦੇ ਬੈਠੇ ਇੱਥੇ। ਬਿਲਕੁਲ ਬੱਚਿਓ, ਬਿਲਕੁਲ ਸਹੀ ਹੈ, ਇਹ ਨੌਜਵਾਨਾਂ ਨੇ ਹੱਸਣ ਵਾਲੀ ਗੱਲ ਆ, ਤੇ ਸਾਨੂੰ ਸਾਰਿਆਂ ਨੂੰ ਉਸ ਹੱਸੇ ਤੋਂ ਸਾਨੂੰ ਕੀ ਹੋਣਾ ਚਾਹੀਦਾ ਤੁਸੀਂ ਸੋਚੋ। ਤੇ ਇਹ ਮੈਂ ਉਹ ਪਿੱਛੇ ਜੇ ਉਦੋਂ ਕਾਲ ਦਿੱਤੀ, ਮੈਂ ਕਿਹਾ ਸਿਆਸੀ ਗੱਲ ਖਤਮ ਕਰੋ, ਉਹ ਹੁਣ ਸੰਗਤ ਦੇ ਪਿੰਡਾਂ ਦੀਆਂ ਸੱਥਾਂ 'ਚ ਗੱਲਾਂ ਹੋਣੀਆਂ ਰਹੀ ਗਈਆਂ। ਯਾਰ ਗੱਲ ਤਾਂ ਸਹੀ ਕਹਿ ਰਿਹਾ, ਗੱਲ ਤਾਂ ਠੀਕ ਹੋ ਰਿਹਾ ਵੀ ਇਹ ਸਾਡਾ ਕੰਮ, ਗੁਰਦੁਆਰਾ ਕਮੇਟੀ ਮੈਂਬਰਾਂ ਦਾ ਕੰਮ, ਇਹ ਐਮ ਐਲ ਏ ਅਤੇ ਐਮ ਪੀ ਦੇ ਇਲੈਕਸ਼ਨ ਵਾਸਤੇ ਵੋਟਾਂ ਵਟਾਉਣ ਰਹੀ ਹਾਂ। ਚਲੋ ਉਸ ਪਾਸੇ ਲੱਗੇ ਹਾਂ ਅਤੇ ਹੁਣ ਚੱਲ ਰਿਹਾ ਉਹ ਕਰਾਂਗੇ ਉਸ ਪਾਸੇ ਨੂੰ ਵੀ ਜਿੰਨਾ ਕੁ ਹੁੰਦਾ। ਪਰ ਮੈਂ ਸਿਰਫ ਇੱਕ ਗੱਲ ਕਹੂੰਗਾ ਕਿ ਆਹ ਵਿਵਾਦਾਂ ਵਾਲੀ ਗੱਲ ਤੋਂ ਜੋ ਮੈਂ ਕਹਿੰਦਾ ਨਾ, ਮੇਰਾ ਖਿਆਲ ਹੈ ਜੇ ਆਪਾਂ ਇੱਕ ਗੱਲ ਲੜ ਬਲੀਏ ਨਾ, ਦੂਜੇ ਦੀ ਨਿੰਦਾ ਕਰਨੀ ਬੰਦ ਕਰ ਦਈਏ, ਆਪਣੇ ਅੰਦਰ ਦੇਖਣਾ ਸ਼ੁਰੂ ਕਰੀਏ। ਆਪਣੇ ਅੰਦਰ ਮੈਂ ਕੀ ਕਰਨਾ, ਮੇਰਾ ਕੀ ਫਰਜ਼ ਆ ਕੌਮ ਮੁਤਾਬਕ? ਆਪਾਂ ਆਪਣਾ ਭੁੱਲ ਜਾਂਦੇ ਹਾਂ, ਦੂਜੇ ਨੂੰ ਉਹ ਫਲਾਣੇ ਤਾਂ ਇਹ ਕਰਤਾ, ਉਹਨੇ ਉਹ ਪੰਥ ਪ੍ਰੀਤ ਨੇ ਜੇ ਕਰਤਾ, ਉਹ ਫਲਾਣੇ ਨੇ ਇਹ ਕਰਤਾ, ਤੂੰ ਮੇਰੇ ਇਹ ਕਰਤਾ, ਆਪਾਂ ਉਸ ਪਾਸੇ ਨੂੰ ਪਤਾ ਲੱਗੇ ਹਾਂ। ਅਤੇ ਇਹਦੀ ਬੜੀ ਲੋੜ ਆ, ਇਸ ਵੇਲੇ ਬੜੀ ਲੋੜ ਆ। ਅਤੇ ਬਾਕੀ ਮੇਰਾ ਖਿਆਲ ਹੈ ਜੇ ਮੈਂ ਬੋਲੀ ਜਾਊਂਗਾ ਤਾਂ ਤੁਹਾਡਾ, ਮੈਂ ਕਿਹਾ ਡਿਨਰ ਤਾਂ ਕੀਤੀ, ਬ੍ਰੇਕਫਾਸਟ ਹੀ ਕਰਕੇ ਜਾਊਂਗੇ। ਬੜਾ ਕੁਛ ਆ ਮੇਰੇ, ਕਿਤਾਬ ਪੜ੍ਹਦੇ ਹੋ ਵੈਨੇਟੀ ਸ਼ੁਕ ਡੇਲੀ, ਬੱਚੇ ਵੈਬਸਾਈਟ ਦੇਖ ਲਿਓ carnage84.com, ਬੜਾ ਕੁਛ ਮਿਲੂਗਾ, ਸਾਰਾ ਕੁਛ ਉਹਦੇ 'ਤੇ ਹੈਗਾ, ਸਾਰਾ ਕੁਛ ਇਹ 'ਤੇ ਹੈਗਾ। ਸਾਡੀ ਆਦਤ ਨਹੀਂ ਹੈ ਬਹੁਤਾ ਪੜ੍ਹਨ ਦੀ, ਨਾ ਹੀ ਯਾਦ ਰੱਖਣ ਦੀ ਆਦਤ ਹੈ। ਅਸੀਂ ਕਰੰਟ ਟੌਪਿਕ ਦੇ ਨਾਲ ਜ਼ਿਆਦਾ ਇੰਪ੍ਰੈਸਡ ਹੁੰਦੇ ਹਾਂ, ਕਰੰਟ ਇਸ਼ੂ ਜੋ ਆ ਕਰੰਟ ਇਸ਼ੂ ਨੂੰ ਚੁੱਕ ਲੈਂਦੇ ਹਾਂ, ਪਿਛਲੇ ਨੂੰ ਆਪਾਂ ਭੁੱਲ ਜਾਂਦੇ ਹਾਂ। ਚਲੋ ਕੋਈ ਗੱਲ ਨਹੀਂ, ਦੋ ਚੀਜ਼ਾਂ, ਪਿਛਲੇ ਵਾਰੀ ਜੋ ਮੈਂ ਤੁਹਾਡੇ ਕੋਲ ਆਇਆ ਸੀ 84 ਦੀ ਵੀ ਆਪਾਂ ਗੱਲ ਕੀਤੀ ਸੀ, ਅਤੇ ਉਦੋਂ ਨਾਲ ਦੀ ਨਾਲ ਮੈਂ ਪਾਰਟੀ ਦੀ ਗੱਲ ਕਰਕੇ ਗਿਆ ਸੀ ਤੁਹਾਡੇ ਕੋਲ, ਤਾਂ ਇਸ ਵਾਰੀ ਹੁਣ ਜੋ ਤੁਹਾਡੇ ਕੋਲ ਆਇਆ, ਮੇਰਾ ਖਿਆਲ ਆ 84 ਦੀ ਵੀ ਆਪਾਂ ਗੱਲ ਕੀਤੀ ਹੈ, ਅਤੇ ਨਾਲ ਦੀ ਨਾਲ ਭਾਈ ਪੰਜਾਬ ਨੂੰ ਅੱਗੇ ਵਧਾਉਣ ਦਾ ਵਾਸਤੇ ਹੋਰ ਕਿਵੇਂ ਆਪਾਂ ਵਧਾ ਸਕਦੇ ਹਾਂ, ਕਿਉਂਕਿ ਜਿਹੜਾ ਪਿਛਲਾ ਐਕਸਪੈਰੀਮੈਂਟ ਅਸੀਂ ਕੀਤਾ ਸੀ ਉਹ ਪਾਰਟੀ ਵਾਲਾ, ਜਿਹੜੀ ਪਾਰਟੀ ਦਾ ਮੈਂ ਹੀ ਮੈਂਬਰ ਸੀ, ਮੇਰਾ ਖਿਆਲ ਆ ਕੋਈ ਬਹੁਤਾ ਵਧੀਆ ਨਹੀਂ ਨਿਕਲਿਆ, ਮੇਰਾ ਤਾਂ ਨਹੀਂ ਨਿਕਲਿਆ, ਤੁਹਾਡਾ ਸ਼ਾਇਦ ਕੋਈ ਬਹੁਤਾ ਵਧੀਆ ਰਿਹਾ ਹੋਵੇ ਐਕਸਪੀਰੀਅੰਸ, ਕਿਉਂ ਜੀ ਰਹਿਆ ਗਏ ਹੈ? ਉਹੀ ਉਹ ਗੱਲ, ਪਰ ਇਲੈਕਸ਼ਨ ਤੋਂ ਪਹਿਲਾਂ ਸਾਨੂੰ ਪਤਾ ਚੱਲ ਗਿਆ ਸੀ, ਪੰਜਾਬ ਦੇ ਇਲੈਕਸ਼ਨ ਤੋਂ ਪਹਿਲਾਂ ਪਤਾ ਚੱਲ ਗਿਆ ਸੀ, ਅਤੇ ਮੈਂ ਮਨਾ ਕਰਤਾ ਸੀ ਕਿ ਮੈਂ ਇਲੈਕਸ਼ਨ ਨਹੀਂ ਲੜਦਾ, ਇਸੇ ਤੁਹਾਡੇ ਆਉਣ ਤੋਂ ਬਾਅਦ ਦੀ ਗੱਲ, ਤੁਹਾਡੇ ਸੋ ਪਾਪਾ ਜਾਣ ਤੋਂ ਬਾਅਦ ਗੱਲਾਂ ਕਲੀਅਰ ਹੋ ਗਈਆਂ ਸੀ, ਜਿਸ ਤਰ੍ਹਾਂ ਦੇ ਬੰਦਿਆਂ ਨੂੰ ਅੱਗੇ ਕਰ ਰਹੇ ਆ, ਉਹ 60-70 ਬੰਦੇ ਉੱਥੇ ਭੇਜਤੇ, ਸਾਰਿਆਂ ਦੇ ਕਬਜ਼ੇ ਸਾਰੇ ਜਗ੍ਹਾ ਤੋਂ ਹੀ ਬੈਠੇ ਆ, ਪੰਜਾਬ ਦੇ ਵਿਚਾਰੇ ਬਜ਼ੁਰਗ ਲੀਡਰ ਉਹਨਾਂ ਨੂੰ ਕੁਛ ਜਾਣਦੇ ਨਹੀਂ, ਬੇਇੱਜ਼ਤੀ ਕਰਦੇ ਆ, ਜਿਵੇਂ ਗੱਲਾਂ ਕਰਦੇ ਆ, ਅਤੇ ਮੈਂ ਕਿਹਾ ਸੀ ਮੈਂ ਇਲੈਕਸ਼ਨ ਨਹੀਂ ਲੜਦੀ, ਅਤੇ ਮੈਨੂੰ ਬੜਾ ਜ਼ੋਰ ਪਿਆ, ਜ਼ੋਰ ਪੈ ਕੇ ਅਤੇ ਮੈਨੂੰ ਇਹ ਕਿਹਾ ਗਿਆ ਕਿ ਜੇ ਤੁਸੀਂ ਇਲੈਕਸ਼ਨਾਂ ਨਹੀਂ ਲੜੇ ਤਾਂ ਬਾਦਲ ਨਹੀਂ ਹਾਰਦੇ, ਬਲਕਿ ਕਈ ਸਿੱਖ ਜਥੇਬੰਦੀਆਂ ਦਾ ਇਕੱਠੇ ਹੋ ਕੇ ਕਹਿਤਾ ਕਿ ਬਥੇਰਾ ਕੀਤਾ ਤੁਸੀਂ, ਕੌਮ ਨਹੀਂ ਚੱਲ ਰਿਹਾ, ਇੰਨਾ ਕੁ ਹੋਰ ਕਰ ਲਓ। ਅਤੇ ਇਸ ਕਰਕੇ ਮੈਂ ਇਲੈਕਸ਼ਨ ਲੜੇ, ਅਤੇ ਅਸੀਂ ਇਲੈਕਸ਼ਨ ਜਿੱਤੇ ਹਾਂ, ਕਿਉਂਕਿ ਮੈਂ ਤਾਂ ਸੋਚਦਾ ਜਿੱਤੇ ਹਾਂ ਭਾਈ, ਇਕੱਲੀ ਐਮ ਐਲ ਏ ਵਾਲੀ ਨਹੀਂ, ਪੰਜਾਬ ਵਾਲੀ, ਕਿਉਂਕਿ ਅਸੀਂ ਇਹ ਬਾਦਲਾਂ ਨੂੰ ਖੁੰਜੇ ਲਾ ਕੇ ਬਿਠਾਉਣਾ ਸੀ, ਉਹਨਾਂ ਨੂੰ ਖੁੰਜੇ ਲਾ ਕੇ ਬਿਠਾਤਾ, ਅਤੇ ਅਸੀਂ ਇਹ ਆਮ ਆਦਮੀ ਪਾਰਟੀ ਦੀ ਮਦਦ ਤੋਂ ਬਿਨਾਂ ਨਹੀਂ ਸੀ ਕਰ ਸਕਦੇ, ਕਾਂਗਰਸ ਦੇ ਪਾਸ ਰੋਗ ਨਹੀਂ ਸੀ, ਤਾਂ ਇਸ ਕਰਕੇ ਉਹ ਤਾਂ ਕੰਮ ਅਸੀਂ ਕਰਦੇ ਹਾਂ। ਉਸ ਤੋਂ ਮਗਰੋਂ ਮੈਨੂੰ ਆ ਪਿੱਛੇ ਜੇ ਵੀ ਆ ਉੱਥੇ ਸੈਨ ਫਰਾਂਸਿਸਕੋ ਸੀ ਮੈਂ, ਉੱਥੇ ਵੀ ਕੁਛ ਕੁ ਦੋਸਤਾਂ ਨੇ ਕਿਹਾ, ਕਹਿੰਦੇ ਜੀ ਤੁਹਾਨੂੰ
ਪੋਲੀਟਿਸਟ ਵੀ ਕਰਨੀ ਚਾਹੀਦੀ ਹੈ। ਮੈਂ ਕਿਹਾ ਭਾਈ ਮੈਂ ਇੰਨਾ ਕਾਬਲ ਨਹੀਂ ਹਾਂ ਕਿ ਮੈਂ ਦੋਨੇ ਕੰਮ ਕਰਨਾ, ਨਾਲੇ ਸੱਜਣ ਕੁਮਾਰ ਦਾ ਟਾਈਟਲ ਦਾ ਕਰਨਾ, ਨਾਲ ਮੈਂ ਪੋਲੀਟਿਕਸ ਕਰਨਾ। ਮੈਂ ਕਿਹਾ ਇੱਕ ਕਰਾ ਲਓ, ਜਿਹੜਾ ਕਰਾਉਣਾ ਦੱਸ ਦਿਓ। ਤਾਂ ਮੇਰੇ ਮੁਤਾਬਕ ਕਿ ਉੱਥੇ ਤਾਂ ਇੱਕ ਦੂਜੇ ਦੇ ਜੂੰਡੇ ਫੜ ਕੇ ਘੜੀਸੀ ਜਾਣਾ। ਅਸੀਂ ਵੀ ਤਾਂ ਹੀ ਕਰ ਜੋ ਮੈਂ ਲੀਡਰ ਆਫ ਓਪੋਜੀਸ਼ਨ ਸੀ, ਆਹੀ ਖੁਸ਼ੀ ਹੋ ਰਿਹਾ ਸੀ, ਹੋਰ ਕੀ ਹੋ ਰਿਹਾ ਸੀ। ਮੈਨੂੰ ਨਹੀਂ ਲੱਗਦਾ ਕਿ ਮੈਂ 2.5-3 ਮਹੀਨੇ ਜਦੋਂ ਮੈਂ ਦੇਖਿਆ ਕਿ ਜੋ ਕਰਨਾ ਚਾਹੁੰਦੇ ਸੀ, ਜੋ ਜੋ ਮੈਂ ਕਰਨਾ ਚਾਹੁੰਦਾ ਸੀ, ਕੁਛ ਵੀ ਨਹੀਂ ਕਰ ਸਕੇ, ਕੁਛ ਵੀ ਨਹੀਂ ਕਰ ਸਕੇ। ਅਤੇ ਉਦੋਂ ਮੈਂ ਰਿਜ਼ਾਈਨ ਕਰਕੇ ਇੱਧਰ ਦੂਜੇ ਪਾਸੇ 84 ਦਾ ਮੁੱਦਾ ਐਸਾ ਸੀ ਜਿਹੜਾ ਮੇਰੇ ਬਿਨਾਂ ਚੱਲ ਹੀ ਨਹੀਂ ਸੀ ਸਕਦਾ, ਚੱਲ ਨਹੀਂ ਸੀ ਸਕਦਾ। ਮੈਂ ਜੇ ਮੈਂ ਅਸਤੀਫਾ ਨਾ ਦਿੱਤਾ ਹੁੰਦਾ, ਜੇ ਸੱਜਣ ਕੁਮਾਰ ਜੇਲ੍ਹ ਨਾ ਹੁੰਦਾ, ਜੇਲ੍ਹ ਨਾ ਹੁੰਦਾ, ਬਿਲਕੁਲ ਇਹ ਗੱਲ ਪੱਕੀ ਹੈ। ਅਤੇ ਇਹਦੇ ਵਿੱਚ ਥੈਂਕਸ ਟੂ ਮੇਰੇ ਘਰੋਂ, ਮੇਰੇ ਵਾਈਫ ਦਾ, ਉਹਨਾਂ ਨੇ ਬੜਾ ਹੌਸਲਾ ਦਿੱਤਾ। ਉਹ ਕਹਿੰਦੇ ਆਪਾਂ ਨੂੰ ਕੀ ਲੋੜ ਆ, ਬੈਂਗਲੁਰੂ ਦਿੱਤਾ ਸਭ ਕੁਛ ਆ, MP MLA ਨਾਲੋਂ ਉੱਚਾ ਰਤਬਾ ਵੈਸੇ ਹੀ ਸਾਨੂੰ ਅਕਾਲ ਪੁਰਖ ਨੇ ਦਿੱਤਾ, ਆਪਾਂ ਕੀ ਲੈਣਾ ਇਹਨਾਂ ਤੋਂ, ਤੁਸੀਂ ਆ ਕੇ ਆਪਣਾ ਕੰਮ ਕਰੋ ਜੋ ਕਰਦੇ ਹੋ। ਅਤੇ ਉਹ ਕਰਕੇ ਉਹੀ ਮੈਂ ਬੜਾ ਖੁਸ਼ ਹਾਂ, ਮੈਂ ਬੜਾ ਖੁਸ਼ ਹਾਂ। ਹਾਂ ਥੋੜ੍ਹਾ ਦੁੱਖ ਜੁੜ ਹੋਇਆ ਸੀ ਜੋ ਲੋਕਾਂ ਨੇ ਕਿਹਾ ਜੀ ਧੋਖਾ ਕਰਕੇ, ਜੇ ਕਰਕੇ, ਉਹ ਕਰਕੇ, ਚਲੋ ਕੋਈ ਨਹੀਂ, ਕੋਈ ਗੱਲ ਨਹੀਂ, ਇਸ ਪਾਰਟ ਆਫ ਦਾ ਗੇਮ। ਤਾਂ ਜੇ ਹੁਣ ਉਸ ਤੋਂ ਮਗਰੋਂ ਜਦੋਂ ਮੈਂ ਛੱਡਿਆ ਲੀਡਰ ਆਫ ਓਪਰੇਸ਼ਨ ਦੌਦਾ, ਤਾਂ ਫਿਰ ਥੋੜ੍ਹਾ ਜਿਹਾ ਟਾਈਮ ਮਿਲ ਗਿਆ ਸੱਜਣ ਟਾਈਟਲ ਦੇ ਕੇਸ ਦੇ ਨਾਲ ਨਾਲ, ਭਾਈ ਜੋ ਪੋਲੀਟਿਕਸ 'ਚ ਕਰਨ ਆਏ ਸੀ ਉਹ ਤਾਂ ਕਰ ਲਈਏ। ਕਿਉਂਕਿ ਮੇਰਾ ਹਮੇਸ਼ਾ ਸ਼ੁਰੂ ਤੋਂ ਵਿਚਾਰ ਸੀ ਜੇ ਆਪਾਂ ਪੰਜਾਬ ਦਾ ਸੁਧਾਰ ਕਰਨਾ ਜਾਂ ਪੰਜਾਬ ਨੂੰ ਜੇਕਰ ਕੋਈ ਵੀ ਚੀਜ਼ ਪੰਜਾਬ 'ਚ ਟਰਨ ਅਰਾਊਂਡ ਕਰ ਸਕਦੀ ਆ, ਉਹ ਮੈਡੀਕਲ ਅਤੇ ਐਜੂਕੇਸ਼ਨ ਆ, ਹੈਲਥ ਅਤੇ ਐਜੂਕੇਸ਼ਨ, ਹੈਲਥ ਅਤੇ ਐਜੂਕੇਸ਼ਨ ਬੇਸਿਕ ਚੀਜ਼ਾਂ। ਜੇ ਅਸੀਂ ਪੰਜਾਬ ਦੇ ਵਿੱਚ ਹੈਲਥ ਅਤੇ ਐਜੂਕੇਸ਼ਨ ਦੀ ਟਰਨ ਅਰਾਊਂਡ ਕਰ ਗਏ ਤਾਂ ਸਮਝੋ ਪੰਜਾਬ ਦੀ ਟਰਨ ਅਰਾਊਂਡ। ਇਹ ਜੋ ਬਾਦਲਾਂ ਦੇ ਖਿਲਾਫ ਹੋਇਆ ਮੈਂ, ਖਾਸ ਕਰਕੇ ਜੋ ਮੈਂ ਹੋਇਆ, ਮੇਰੀ ਕੋਈ ਦੁਸ਼ਮਣੀ ਨਹੀਂ ਉਹਨਾਂ ਨਾਲ, ਉਹਨਾਂ 'ਚ ਪੋਲਿਸੀਆਂ ਐਸੀਆਂ ਸੀ ਪੰਜਾਬ ਨੂੰ ਤਬਾਹ ਕਰਨ ਵਾਲੀਆਂ। ਇਹ ਐਜੂਕੇਸ਼ਨ ਅਤੇ ਹੈਲਥ ਦੋਨੇ ਪਾਸੇ ਉਹ ਪ੍ਰਾਈਵੇਟਾਈਜੇਸ਼ਨ ਵਾਲੇ ਪਾਸੇ ਚੱਲ ਗਏ। ਸਰਕਾਰੀ ਸਕੂਲਾਂ ਦਾ ਸੱਤਿਆਨਾਸ, ਪ੍ਰਾਈਵੇਟ ਸਕੂਲ ਚੱਕੀ ਜਾਓ, ਸਰਕਾਰੀ ਹਸਪਤਾਲ ਦਾ ਸੱਤਿਆਨਾਸ, ਪ੍ਰਾਈਵੇਟ ਨਾਲ ਬਿਨਾਂ ਦੇ ਜਾਓ। ਇਹ ਤਬਾਹ ਕਰਕੇ ਰੱਖਦਾ ਇਸ ਪੋਲਿਸੀ ਨੇ ਪੰਜਾਬ ਨੂੰ ਹੋਰ ਡਾਊਨ ਲੈ ਕੇ ਗਿਆ। ਅਤੇ ਇਹਦੇ 'ਚ ਟਰਨ ਅਰਾਊਂਡ ਬਹੁਤ ਹੀ ਜ਼ਰੂਰੀ ਆ। ਅਤੇ ਇਹਦੇ ਵਿੱਚ ਜਦੋਂ ਅਸੀਂ ਫਿਰ ਉੱਥੇ ਲੱਗੇ ਕਿ ਕੀ ਕਰੀਏ, ਉਹਦੇ ਦੋ ਚੀਜ਼ਾਂ ਕੀਤੀਆਂ। ਇੱਕ ਤਾਂ ਮੈਂ ਮੋਬਾਈਲ ਡਿਸਪੈਂਸਰੀ ਚਲਾਈ ਆਪਣੇ ਹਲਕੇ 'ਚ, ਉਹ 20 ਪਿੰਡਾਂ ਵਿੱਚ ਅਸੀਂ ਜਾ ਕੇ ਮੁਫਤ ਦਵਾਈਆਂ ਦਿੰਦੇ ਹਾਂ, ਇਟਸ ਏ ਆਲਟਰਨੇਟਿਵ ਟੂ ਦਾ ਵਿਲੇਜ ਡਿਸਪੈਂਸਰੀ। ਦੂਜਾ ਅਸੀਂ ਕੀ ਕੀਤਾ ਕਿ ਪਿੰਡਾਂ ਸਰਕਾਰੀ ਸਕੂਲਾਂ ਦਾ ਲੈਵਲ ਚੱਕਣਾ ਬਹੁਤ ਜ਼ਰੂਰੀ ਹੈ। ਸਰਕਾਰੀ ਸਕੂਲ ਪੂਰੇ ਇਗਨੋਰ ਕੀਤੇ ਆ, ਪਿੰਡਾਂ ਦੇ ਜਿੰਨੇ ਵੀ ਧੱਲੇਦਾਰ ਬੰਦੇ ਆ ਸਾਰਿਆਂ ਦੇ ਬੱਚੇ ਪ੍ਰਾਈਵੇਟ ਸਕੂਲ 'ਚ ਪੜ੍ਹਦੇ ਆ, ਸਰਕਾਰੀ ਸਕੂਲਾਂ ਦੇ ਵਿੱਚ ਗਰੀਬਾਂ ਦੇ ਬੱਚੇ ਜਾਂਦੇ ਆ, ਉਹਨੂੰ ਕੋਈ ਦੇਖਦਾ ਹੀ ਨਹੀਂ। ਪਰ ਕਿਸੇ ਵੀ ਇਲਾਕੇ ਦਾ ਐਜੂਕੇਸ਼ਨ ਦਾ ਲੈਵਲ ਅਤੇ ਸਟੈਂਡਰਡ ਸਰਕਾਰੀ ਸਕੂਲ ਸੈੱਟ ਕਰਦੇ ਆ ਵਰਲਡ ਓਵਰ। ਇੱਥੇ ਵੀ ਤੁਸੀਂ ਦੇਖ ਲਓ, ਜਿੱਥੇ ਦਾ ਪਬਲਿਕ ਸਕੂਲ ਵਧੀਆ ਉੱਥੇ ਦਾ ਪ੍ਰਾਈਵੇਟ ਵੀ ਉਦੋਂ ਚੰਗਾ ਹੋਊਗਾ, ਜਿੱਥੇ ਦਾ ਪਬਲਿਕ ਡਾਊਨ ਆ ਉੱਥੇ ਪ੍ਰਾਈਵੇਟ ਵੀ ਉੱਥੇ ਇਹੋ ਜਿਹਾ ਹੁੰਦਾ। ਇੱਥੇ ਵੀ ਹਰ ਉੱਥੇ ਵੀ ਜੇ ਉੱਥੇ ਸਰਕਾਰੀ ਸਕੂਲ ਦਾ ਲੈਵਲ ਇੱਥੇ ਆ ਅਤੇ ਉਹ ਪ੍ਰਾਈਵੇਟ ਨੂੰ ਸਰਵਾਈਵ ਕਰਨ ਲਈ ਲੈਵਲ ਇੱਥੇ ਰੱਖਣਾ ਪੈਣਾ। ਅਤੇ ਜੇ ਅਸੀਂ ਸਰਕਾਰੀ ਦਾ ਸੱਤਿਆਨਾਸ਼ ਕਰਕੇ ਇੱਥੇ ਲਿਆਉਂਦਾ ਨਾ, ਅਤੇ ਫਿਰ ਉਹ ਪ੍ਰਾਈਵੇਟ ਵਾਲਾ ਇੱਥੇ ਹੀ ਰਹਿ ਜਾਂਦਾ, ਬਸ ਇਹਦੇ ਉੱਪਰ ਨਹੀਂ। ਤਾਂ ਇਸ ਕਰਕੇ ਸਰਕਾਰੀ ਸਕੂਲਾਂ ਦਾ ਸਟੈਂਡਰਡ ਅਪਲਿਫਟ ਕਰਨਾ ਬਹੁਤ ਜ਼ਰੂਰੀ ਹੈ। ਉੱਥੇ ਹਾਲ ਕੀ ਹੋ ਗਿਆ ਸੀ ਕਿ ਖਾਸ ਕਰਕੇ ਸਾਡੇ ਸਰਕਾਰੀ ਸਕੂਲਾਂ 'ਚ ਲੋਕ ਭੇਜਦੇ ਹੀ, ਜੇ ਕੋਈ ਅਫੋਰਡ ਵੀ ਨਹੀਂ ਨਾ ਕਰ ਸਕਦਾ, ਉਹ ਲੋਨ ਲੈ ਕੇ ਇੱਧਰ ਉੱਧਰ ਕਰਾ ਕੇ ਉਹ ਵੀ ਆਪਣੇ ਪ੍ਰਾਈਵੇਟ ਸਕੂਲਾਂ 'ਚ ਭੇਜਦਾ ਸੀ ਲੋਕਾਂ ਨੂੰ। ਇਹ ਹਾਲ ਜਦੋਂ ਫਾਰਮਰ ਸੁਈਸਾਈਡ ਦੇ ਉੱਤੇ ਰਿਪੋਰਟ ਲਿਖੀ ਨਾ, ਹੱਕ ਕਮਿਸ਼ਨ ਦੀ ਰਿਪੋਰਟ, ਉਹਨੇ ਲਿਖਿਆ ਕਿ ਦੋ ਵੱਡੇ ਕਾਰਨ, ਹੋਰ ਵੀ ਕਾਰਨ ਸੀਗੇ, ਦੋ ਵੱਡੇ ਕਾਰਨ ਫਾਰਮਰ ਸੁਈਸਾਈਡ ਦੇ ਆ, ਐਕਸਪੈਂਸਿਸ ਔਨ ਐਜੂਕੇਸ਼ਨ ਐਂਡ ਹੈਲਥ। ਉਹਦੇ ਵਾਸਤੇ ਲੋਨ ਲੈਂਦੇ ਆ, ਲੋਨ ਦਿੱਤਾ ਨਹੀਂ ਜਾਂਦਾ। ਹੁਣ ਜੋ ਆਪਣੇ ਸਰਕਾਰੀ ਜੋ ਸਿਸਟਮ ਆ ਹਸਪਤਾਲ, ਉਹਦਾ ਬੁਰਾ ਹਾਲ ਆ, ਪਿੰਡਾਂ ਦੀਆਂ ਡਿਸਪੈਂਸਰੀਆਂ ਦਾ ਬੁਰਾ ਹਾਲ ਆ। ਉਹ ਜਿਹੜੀ ਮੈਂ ਹੁਣ ਤੁਹਾਨੂੰ ਦੱਸਦਾ, ਮੈਂ ਸਕੂਲ ਦਾ ਪੜ੍ਹਿਆ ਵਾਂ, ਸਰਕਾਰੀ ਸਕੂਲ ਦਾ ਪੜ੍ਹਿਆ ਵਾਂ ਪਿੰਡ ਦਾ। ਸਾਡੇ ਪਿੰਡ ਵਿੱਚ ਅੱਜ ਤੋਂ 50 ਸਾਲ ਪਹਿਲਾਂ ਸਰਕਾਰੀ ਹਸਪਤਾਲ ਸੀ, ਬੜੇ ਵਧੀਆ ਡਾਕਟਰ ਸਾਹਿਬ ਹੁੰਦੇ ਸੀ।
ਕਦੇ ਅਸੀਂ ਪ੍ਰਾਈਵੇਟ ਸਕੂਲ ਸੋਚਿਆ ਵੀ ਨਹੀਂ ਸੀ ਦਵਾਈ ਜਾਣ ਲਈ, ਇੰਨਾ ਵਧੀਆ ਹੁੰਦਾ ਸੀ। 50 ਸਾਲ 'ਚ ਹਸਪਤਾਲ ਕਿੱਥੇ ਪਹੁੰਚਿਆ? ਅੱਜ ਉੱਥੇ ਨਾ ਡਾਕਟਰ ਆ, ਨਾ ਉੱਥੇ ਸਟਾਫ ਹੁੰਦਾ, ਨਾ ਉੱਥੇ ਦਵਾਈਆਂ ਹੁੰਦੀਆਂ। ਕਦੇ ਕਦੇ ਡਾਕਟਰ ਹੁੰਦੇ ਆ, ਕਦੇ ਉੱਥੇ ਆ ਗਏ ਤੇ ਡਾਕਟਰ ਇੱਧਰ ਆ, ਡਾਕਟਰ ਉੱਧਰ ਆ, ਬਸ ਆਹ ਕੁਛ ਕਰੀਆ ਉੱਥੇ ਚੱਲਦੀ ਆ ਜਾਂਦੀਆਂ। ਇਹ ਹਾਂ ਅੱਛਾ ਸਰਕਾਰੀ ਸਕੂਲ ਸਾਡੇ ਮੇਰੇ ਵੇਲੇ 'ਚ, ਤੁਹਾਡੇ ਤੁਸੀਂ ਵੀ ਬਥੇਰੇ ਉੱਥੋਂ ਦੇ ਗਏ ਵੀ ਹੋ, ਬੜਾ ਵਧੀਆ ਹੁੰਦਾ ਸੀ। ਪਰ ਹੁਣ ਜਾ ਕੇ ਦੇਖੋ ਸਤਿਆਨਾਸ਼ ਹੋਇਆ। ਆ ਹੁਣ ਮੈਨੂੰ ਇੱਕ ਗੱਲ ਦੱਸੋ ਜੀ, ਆਪਾਂ ਫਟਾਫਟ ਦੇਖ ਲੈਂਦੇ ਹਾਂ ਜੀ ਆਹ ਫਲਾਣੇ ਪੋਲੀਟੀਸ਼ੀਅਨ ਨੇ ਆਹ ਬਿਆਨ ਦਿੱਤਾ, ਆ ਅੱਜ ਜਾ ਕੇ ਬੈਂਸ ਨੇ ਆਹ ਪਟਵਾਰੀ ਨੂੰ ਫੜ ਲਿਆ ਤੇ ਅੱਜ ਖਹਿਰੇ ਨੇ ਆਹ ਬਿਆਨ ਦਿੱਤਾ, ਅੱਜ ਸਿੱਧੂ ਨੇ ਇਹ ਕਰਤਾ। ਆਪਣੇ ਚੋਂ ਕਿੰਨਿਆਂ ਕੁ ਨੇ ਇਹ ਖਬਰ ਪੜ੍ਹੀ ਆ, ਟ੍ਰਿਬਿਊਨ ਦੇ ਫਰੰਟ ਪੇਜ 'ਤੇ ਆਈ। ਆਫਟਰ 30 ਈਅਰਸ ਗਵਰਨਮੈਂਟ ਸਕੂਲਸ ਆਊਟਡੋਰ ਪ੍ਰਾਈਵੇਟ ਸਕੂਲਸ, 30 ਸਾਲਾਂ ਤੋਂ ਬਾਅਦ, ਬਲਕਿ 30 ਸਾਲ ਪਹਿਲਾਂ ਸਰਕਾਰੀ ਸਕੂਲ ਚੰਗੇ ਹੁੰਦੇ ਸੀ, 30 ਸਾਲਾਂ ਤੋਂ ਮਗਰੋਂ ਸਰਕਾਰੀ ਸਕੂਲ ਇੰਪਰੂਵ ਹੋਏ ਆ। ਸਰਕਾਰੀ ਸਕੂਲਾਂ ਦਾ ਲੈਵਲ ਪ੍ਰਾਈਵੇਟ ਸਕੂਲ ਨਾਲੋਂ ਬਿਹਤਰ ਆਇਆ। ਇਹਦਾ ਕ੍ਰੈਡਿਟ ਕੋਈ ਕੈਪਟਨ ਦੀ ਗਵਰਨਮੈਂਟ ਨੂੰ ਨਹੀਂ ਜਾਂਦਾ, ਨਾ ਹੀ ਉਹਦਾ ਮੰਤਰੀ ਨੂੰ ਜਾਂਦਾ, ਇਹਦਾ ਕ੍ਰੈਡਿਟ ਜਾਂਦਾ ਇੱਕ ਬੰਦੇ ਨੂੰ, ਉਹ ਹੈ ਕ੍ਰਿਸ਼ਨ ਕੁਮਾਰ। ਸੁਣਿਆ ਨਾਮ? ਨਵੇਂ ਸ਼ਹਿਰ ਦਾ ਖਾਸ ਕਰਕੇ ਸੁਣਿਆ ਹੋਊਗਾ, IAS ਅਫਸਰ ਆ ਜਿਹਨੇ ਉਹ ਨਵੇਂ ਸ਼ਹਿਰ ਦੇ ਵਿੱਚ ਅੱਜ ਤੋਂ 10 ਸਾਲ ਪਹਿਲਾਂ ਕੁਛ ਦਾ ਕੁਛ ਕਰਤਾ ਸੀ, ਉਹ ਅਫਸਰ ਆ। 2.5 ਸਾਲ ਉਸਨੇ ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚ ਉਹਦੀ ਡਿਊਟੀ ਸੀ, ਹੁਣ ਜਦੋਂ ਕੈਪਟਨ ਸਰਕਾਰ ਆਈ ਹੈ ਤਾਂ ਉਹ ਵਾਪਸ ਲਿਆਂਦਾ। ਆ 2-2.5 ਸਾਲ ਉਹਨੇ ਜ਼ੋਰ ਲਾਤਾ, ਉਹ ਬੰਦੇ ਨੇ ਪੂਰੇ ਦਾ ਪੂਰਾ ਜ਼ੋਰ ਲਾਤਾ। ਪਰ ਇਹ ਉਹਦੀ ਬਦੌਲਤ ਆ ਕਿ ਅੱਜ ਜਿਹੜੇ ਸਰਕਾਰੀ ਸਕੂਲ ਆ ਇਹ ਪ੍ਰਾਈਵੇਟ ਸਕੂਲਾਂ ਨਾਲੋਂ 10ਵੀਂ ਦੇ ਰਲ 'ਚ ਬੈਟਰ ਇੰਪਰੂਵ ਹੋਇਆ। ਇਹ ਸਾਨੂੰ ਬਹੁਤ ਜ਼ਰੂਰਤ ਹੈ, ਇਹ ਕਰਨ ਦੀ ਲੋੜ। ਔਰ ਇਹ ਦੂਜਾ ਜਿਹੜਾ ਪ੍ਰੋਜੈਕਟ ਮੈਂ ਦੱਸਦਾ ਕਿ ਮੈਂ ਕੀ ਵਰਕਆਊਟ ਕੀਤਾ ਕਿ ਪਿੰਡਾਂ ਦੇ ਸਕੂਲਾਂ ਦੇ ਵਿੱਚ ਜੋ ਪ੍ਰਾਇਮਰੀ ਸਕੂਲ ਆ ਉੱਥੇ ਬੱਚਿਆਂ ਨੂੰ ਅੱਜ ਕੱਲ੍ਹ ਪ੍ਰਾਈਵੇਟ ਸਕੂਲਾਂ 'ਚ ਸਾਰਿਆਂ 'ਚ ਆਡੀਓ ਵਿਜ਼ੂਅਲ ਤਰੀਕੇ ਨਾਲ ਪੜ੍ਹਾਉਂਦੇ ਆ, ਪ੍ਰੋਜੈਕਟਰ 'ਤੇ, ਸਮਾਰਟ ਬੋਰਡ ਦੇ ਉੱਤੇ। ਉਹ ਬਲੈਕ ਬੋਰਡ 'ਤੇ ਨਹੀਂ ਲਿਖਦਾ, ਉਹ ਸਾਹਮਣੇ ਸਕਰੀਨ ਦੇ ਉੱਤੇ ਮੂਵੀ ਆ ਜਾਂਦੀ ਆ, ਵੀਡੀਓ ਆ ਜਾਂਦੀ ਆ, ਬੱਚੇ ਨੂੰ ਇੰਟਰਸਟ ਲੱਗਦਾ ਤਾਂ ਬੱਚਾ ਸਿੱਖਦਾ। ਉਹ ਸਰਕਾਰੀ ਸਕੂਲਾਂ 'ਚ ਹੈ ਨਹੀਂ, ਸਮਾਰਟ ਕਲਾਸਰੂਮ ਬੋਲਦੇ ਆ ਉਹ। ਪਿੱਛੇ ਜੇ ਇਹ ਸਮਾਰਟ ਕਲਾਸਰੂਮ ਸਰਕਾਰ ਨੇ ਬਣਾਏ ਸੀ 100 ਸਕੂਲਾਂ 'ਚ, ਅੱਜ ਬਾਦਲ ਦੀ ਸਰਕਾਰ 'ਚ ਉਹਦੀ ਗੱਲ, ਕੁਛ ਸਕੂਲ 'ਚ 2.5 ਲੱਖ ਦੇ ਬਣਾਇਆ, ਕੁਛ 'ਚ ਬਣਾਇਆ 3.25 ਲੱਖ ਦਾ। ਅਤੇ ਮੇਰਾ ਇਰਾਦਾ ਸੀ ਕਿ ਮੈਂ ਆਪਣੇ ਹਲਕੇ ਦੇ ਵਿੱਚ ਇਹ ਬਣਾਵਾਂ। ਮੈਂ ਪਤਾ ਕੀਤਾ, ਕਿਸੇ ਨੇ ਕਿਹਾ ਜੀ 65,000 ਦਾ ਲੱਗੂ, ਕੁਛ ਲੱਗੂ। ਮੈਂ ਕਿਹਾ ਯਾਰ ਖਰਚਾ ਬਹੁਤ ਜ਼ਿਆਦਾ, ਇਹ ਤਾਂ 65,000 ਵੀ ਬਹੁਤ ਜ਼ਿਆਦਾ ਕਰਨਾ। ਮੈਂ ਸੁਨੀਲ ਤੁਰੀ ਜੀ, ਮੇਰੇ ਦੋਸਤ ਆ ਬੜੇ ਪੁਰਾਣੇ, ਹਰ ਇਸ਼ੂ ਦੇ ਉੱਤੇ ਮਦਦ ਕਰਦੇ ਆ। ਜੇ ਤੁਹਾਨੂੰ ਯਾਦ ਹੋਵੇ, ਅੱਜ ਤੋਂ ਕੁਛ ਸਾਲ ਪਹਿਲਾਂ ਦੁਨੀਆ ਦਾ ਸਭ ਤੋਂ ਸਸਤਾ ਕੰਪਿਊਟਰ ਆਇਆ ਸੀ ਆਕਾਸ਼ ਟੈਬਲੇਟ, ਉਹ ਇਹਨਾਂ ਨੇ ਬਣਾਈ ਸੀ। ਇਹ ਟੋਰੋਂਟੋ ਹੀ ਇਹਨਾਂ ਦਾ ਮੇਨ ਬਿਜ਼ਨਸ ਆ, ਅਤੇ ਪੰਜਾਬ ਦੇ ਵਿੱਚ ਵੀ ਇਹਨਾਂ ਦੀ ਫੈਕਟਰੀਆਂ, ਪੰਜਾਬ 'ਚ ਵੀ ਬਿਜ਼ਨਸ ਇਹਨਾਂ ਦਾ ਉੱਥੇ। ਅਤੇ ਮੈਂ ਇਹਨਾਂ ਗੱਲ ਕੀਤੀ ਅਤੇ ਮੈਂ ਕਿਹਾ ਬਈ ਇਹਦਾ ਕੁਛ ਕਰੀਏ। ਇਹ ਕਹਿੰਦੇ ਵੀ ਇਹ ਤਾਂ 65 ਮਿੰਟ ਦਾ ਮਤਲਬ ਨਹੀਂ, ਇਹ ਤਾਂ ਆਪਾਂ ਵਰਕਆਊਟ ਕਰੀਏ। ਫਿਰ ਇਹਨਾਂ ਨੇ ਜੀ ਉੱਥੇ ਕੰਮ ਕਰਨਾ ਸ਼ੁਰੂ ਕੀਤਾ। ਕੰਮ ਕਰਕੇ ਸ਼ੁਰੂ ਕਰਕੇ ਉਹੀ ਚੀਜ਼ ਇਹਨਾਂ ਨੇ 20,000 ਪੇਜ ਬਣਾਏ, 20,000 ਪੇਜ। ਫਿਰ ਇਹਨਾਂ ਨੇ ਮੇਰੇ ਹਲਕੇ 'ਚ ਲਗਾਈ ਕੁਛ ਸਕੂਲਾਂ 'ਚ, ਕੁਛ ਸਕੂਲਾਂ 'ਚ ਲਗਾ ਕੇ ਅਸੀਂ 15-20 ਸਕੂਲਾਂ 'ਚ ਲਗਾ ਕੇ ਅਸੀਂ ਫਿਰ ਉੱਥੇ ਦਾ ਦੇਖਿਆ ਰਿਸਪੋਂਸ, ਉਹਦਾ ਰਿਸਪੋਂਸ ਬੜਾ ਵਧੀਆ ਆਇਆ। ਫਿਰ ਤੁਹਾਨੂੰ ਯਾਦ ਹੋਊਗਾ, ਇਹ 2 ਸਾਲ ਪੁਰਾਣੀ ਗੱਲ ਆ, ਮੈਂ ਵਿਧਾਨ ਸਭਾ 'ਚ ਇਹ ਚੀਜ਼ ਬੋਲਿਆ ਕਿ ਜੀ ਆਹ ਸਮਾਰਟ ਕਲਾਸਰੂਮ ਆ ਜਿਹੜੇ ਤੁਸੀਂ 2-2 ਲੱਖ ਦੇ ਲਗਾਉਣੇ ਹੋ, 20,000 'ਚ ਪ੍ਰਾਇਮਰੀ ਸਕੂਲ ਦਾ ਲਗਾਤਾ, ਵੀ ਮੇਰੇ 18 ਸਕੂਲਾਂ 'ਚ ਚੱਲ ਰਿਹਾ, ਆ ਕੇ ਦੇਖਿਆ। ਉਹ ਦੋਨੇ ਮੰਤਰੀ ਚਰਨਜੀਤ ਚੰਨੀ ਅਤੇ ਨਾਲੇ ਉਦੋਂ ਇਹ ਅਰਨਾ ਚੌਧਰੀ ਸੀ ਐਜੂਕੇਸ਼ਨ, ਉਹ ਕਹਿੰਦੇ ਜੀ ਸਾਨੂੰ ਡੈਮੋਸਟ੍ਰੇਸ਼ਨ ਦਿਓ, ਅਸੀਂ ਇੰਟਰਸਟਡ। ਫਿਰ ਤੁਲੀ ਸਾਹਿਬ ਕਨੇਡਾ ਤੋਂ ਗਏ, ਉਹਨਾਂ ਨੂੰ ਅਸੀਂ ਡੈਮੋਸਟ੍ਰੇਸ਼ਨ ਦਿੱਤਾ, ਉਹ ਬੜੇ ਇੰਪ੍ਰੈਸ ਹੋਏ, ਬੜਾ ਲੱਗਿਆ। ਉਹਨਾਂ ਨੇ ਸਰਕਾਰ ਨੂੰ ਕਿਹਾ ਉੱਥੇ ਅਫਸਰਾਂ ਨੂੰ ਕਿ ਜੀ ਆਪਾਂ ਇਹ ਸਿਸਟਮ ਲਈਏ, ਅਫਸਰ ਕਹਿੰਦੇ ਨਾ ਜੀ ਨਾ ਇਹ ਸਿਸਟਮ ਨਹੀਂ ਅਸੀਂ ਲੈ ਸਕਦੇ, ਇਹ ਨਹੀਂ ਲੈ ਸਕਦੇ, ਇਹਦੇ 'ਚ ਇਹ ਕਮੀ ਹੈ, 'ਚ ਇਹ ਕਮੀ ਹੈ, 'ਚ ਇਹ ਕਮੀ। ਅਤੇ ਜਦੋਂ ਇੱਥੇ ਰੌਲਾ ਪੈ ਜਾਂਦਾ ਸੀ ਅਤੇ ਫਿਰ ਤੁਲੀ ਸਾਹਿਬ ਨੇ ਕਿਹਾ
ਕਹਿੰਦੇ ਜੀ ਤੁਸੀਂ ਛੱਡੋ ਪਰੇ, ਇਹ ਅਸੀਂ NRI 'ਚ ਸੇਵਾ ਕਰਾ ਲਾਂਗੇ, ਤੁਸੀਂ ਇਹਨੂੰ ਅਪਰੂਵ ਕਰ ਦਿਓ, ਕਿਉਂਕਿ ਸਰਕਾਰੀ ਸਕੂਲ 'ਚ ਲਾਉਣਾ ਕੰਟੈਂਟ ਅਪਰੂਵ ਚਾਹੀਦਾ। ਫਿਰ ਉਹਨਾਂ ਨੇ ਸਾਡਾ ਕੰਟੈਂਟ ਅਪਰੂਵ ਕਰਤਾ ਹੈ, ਕੰਟੈਂਟ ਅਪਰੂਵ ਕੀਤਾ ਅਤੇ ਮੇਰੇ ਇਲਾਕੇ 'ਚ 118 ਪ੍ਰਾਇਮਰੀ ਸਕੂਲ ਆ, ਤਾਂ 118 ਦੇ 18 ਪ੍ਰਾਇਮਰੀ ਸਕੂਲਾਂ 'ਚ ਮੇਰੇ ਹਲਕੇ 'ਚ ਤਾਂ ਮੇਅਰ ਕਰਤੀ ਤੁਲੀ ਸਾਹਿਬ ਨੇ, ਇਹਨਾਂ ਨੇ ਫ੍ਰੀ 'ਚ ਦਿੱਤੇ ਜੀ। ਮੈਂ ਕਿਹਾ ਪੈਸੇ ਇਹਨਾਂ ਦੇ ਸ਼ੌਹਰਤ ਸਾਡੀ ਹੋ ਗਈ।